वाहेगुरु जी का खालसा वाहेगुरु जी की फतेह। साध संगत जी, टुडे वी हैव भाई हरमन सिंह जी विद अस फ्रॉम कैनेडा। ते आप कैजुअल जा पॉडकास्ट टाइप रखांगे, सो आई विल आस्क हिम हाउ इज ही डूइंग एंड स्टफ। भाई साहब जी, धन्यवाद आप जी का बहुत बहुत। तुसीं आस्ट्रेलिया आए इन्ने सालों बाद, साडी थोड़ी शिकायत हुई है तुहाडे नाल कि तुसीं काफ़ी चिर बाद आए हैं, बट असीं हुण एक्सपैक्ट करांगे कि तुसीं यूजली आउंदे रहा करोगे। अहीं मानने साडा टापू आ, बट यू नो स्टिल ਸਾਡੇ ਜਿਹੜੇ ਉਹ ਕਨੈਕਸ਼ਨਸ ਬਣੇ ਰਹਿਣੇ ਚਾਹੀਦੇ ਆ। ਇਹਦੇ ਪਰ ਦੋ ਚੀਜ਼ਾਂ ਆ, ਗੁਰੂ ਸਾਹਿਬ ਆਪ ਟਾਪੂਆਂ 'ਤੇ ਜਾਂਦੇ ਰਹੇ ਆ, ਸੱਤ ਸੋ ਟਾਪੂਆਂ 'ਤੇ ਜਾਣਾ ਠੀਕ ਵੀ ਆ, ਜਿੱਥੇ ਸਾਡਾ ਗੁਰੂ ਗਿਆ ਆਪਾਂ ਵੀ ਜਾਵਾਂਗੇ। ਅਤੇ ਦੂਸਰੀ ਗੱਲ ਹੈ ਕਿ ਸਾਡੇ ਹੱਥ ਵੱਸ ਨਹੀਂ ਹੈ, ਗਲੇ ਹਮਾਰੇ ਜੇਵਰੀ ਜੈ ਖਿੰਚੇ ਪੈ ਜਾਓ, ਜਿੱਥੇ ਗੁਰੂ ਸਾਹਿਬ ਖਿੱਚ ਕੇ ਲੈ ਜਾਂਦੇ ਆ। ਬਸ ਕਬੀਰ ਕੂਕਰ ਰਾਮ ਕੋ ਮੋਤੀਆ ਮੇਰੋ ਨਾਮ, ਵਾਹਿਗੁਰੂ। ਆਮ ਅ ਡੋਗ, ਮਾਈ ਨੇਮ ਇਜ਼ ਮੋਤੀ ਐਂਡ ਗੁਰੂ ਸਾਹਿਬ ਪੁੱਲਸ ਮੀ ਬਾਈ ਮਾਈ ਨੇਕ, ਦੈਟਸ ਵੇਅਰ ਆਈ ਗੋ। ਜਸਟ ਆਸਕਿੰਗ ਦੈਟ ਕੁਐਸਚਨ ਕਿ ਜਿਸ ਤਰ੍ਹਾਂ ਆਪ ਜੀ ਕਹਿ ਰਹੇ ਆ ਕਿ ਹੈ ਨਾ, ਜਿੱਥੇ ਮਹਾਰਾਜ ਵਾਲੀ ਡਿਊਟੀ ਲਾਉਂਦੇ ਆ ਤੁਸੀਂ ਉੱਥੇ ਪਹੁੰਚ ਜਾਂਦੇ ਆ, ਜਦੋਂ ਮਹਾਰਾਜ ਇਸ ਤਰ੍ਹਾਂ ਦੀ ਕੋਈ ਕਲਾ ਵਰਤਾਉਂਦੇ ਮਹਾਰਾਜ ਪਹੁੰਚਾ ਦਿੰਦੇ ਆ ਮਹਾਰਾਜ, ਮਤਲਬ ਕਿ ਧੁਰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਭ ਮਹਾਰਾਜ ਹੀ ਕਰ ਰਹੇ ਨੇ। ਜੇਕਰ ਤੁਹਾਨੂੰ ਮਹਾਰਾਜ ਪਹੁੰਚਾ ਰਹੇ ਨੇ, ਮਹਾਰਾਜ ਘਰ ਵੀ ਵਾਪਸ ਲੈ ਕੇ ਜਾ ਰਹੇ ਨੇ, ਉਹ ਸਾਰਾ ਸਮਾਂ ਜਿਸ ਤਰ੍ਹਾਂ ਆਪ ਜੀ ਦਾ ਇੱਥੇ ਲੰਘਦਾ ਵਾ ਜਿੱਥੇ ਵੀ ਆਪ ਜੀ ਪ੍ਰਚਾਰ ਕਰਨ ਜਾਂਦੇ ਆ, ਰਾਈਟ? ਸੋ ਯੂ ਕਨੈਕਟ ਵਿਦ ਦੀ ਯੂਥ। ਜਦੋਂ ਤੁਸੀਂ ਇੱਦਾਂ ਦਾ ਕਦੇ ਐਕਸਪੀਰੀਅੰਸ ਹੋਇਆ ਵਾ ਕਿ ਜਿਹੜੀ ਚੀਜ਼ ਤੁਸੀਂ ਖੁਦ ਵੀ ਨਹੀਂ ਸੋਚੀ ਬਟ ਉਹ ਤੁਹਾਡੇ ਮੁੱਖੋਂ ਨਿਕਲ ਆਈ ਹੈ, ਉਹ ਆਰਾਮ ਨਾਲ ਐਵਰੀ ਟਾਈਮ। ਕਦੇ ਵੀ ਆਪਾਂ ਕਥਾ ਕਰਨ ਬੈਠ ਕੇ ਕਦੇ ਸੋਚ ਕੇ ਨਹੀਂ ਬੈਠੀਦਾ, ਇਹ ਪੁਰਾਣੇ ਸਿੰਘਾਂ ਦੀ ਵਿਧੀ ਹੈ। ਆਪਣਾ ਚਲੋ ਠੀਕ ਹੈ, ਕਈ ਵਾਰੀ ਸੋਚ ਕੇ ਵਿਚਾਰ ਲਿਆ ਸਾਡੀ ਮੱਤ ਆ ਗਿਆ, ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਲਿਆ ਕਿ ਮਹਾਰਾਜ ਚਲੋ ਠੀਕ ਹੈ ਮੈਂ ਆਪਣੀ ਮਿਹਨਤ ਕਰ ਲਈ ਤੁਹਾਡੇ ਚਰਨਾਂ 'ਚ ਰੱਖਤੀ, ਉਸ ਤੋਂ ਬਾਅਦ ਤੁਸੀਂ ਕੀ ਸਾਰੇ ਸਾਡੇ ਮੁੱਖ 'ਚੋਂ ਬੋਲਣਾ ਆ, ਜਿਉਂ ਬੁਲਾਵੇ ਤਿਉਂ ਨਾਨਕ ਦਾਸ ਬੋਲੇ, ਆਪਲੇ ਹੁਕਮ ਕਥਾ ਸੁਧਾਰੀ। ਉਹਦੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਸੁਰਤੀ ਲਾਉਣੀ, ਕਥਾ ਕਰਨ ਤੋਂ ਪਹਿਲਾਂ ਪੰਜ ਪਾਠ ਜਪਜੀ ਸਾਹਿਬ ਦੇ, ਜੇ ਪੰਜ ਪਾਠ ਜਪਜੀ ਸਾਹਿਬ ਦੇ ਨਹੀਂ ਹੋ ਸਕਦੇ, ਪੰਜ ਪਾਠ ਚੌਪੀ ਸਾਹਿਬ ਦੇ ਕਰਕੇ ਅਤੇ ਤਾਂ ਸਟੇਜ 'ਤੇ ਬਹਿਣਾ। ਉਹਦੇ ਵਿੱਚ ਮਹਾਰਾਜ ਆਪ ਵਿੱਚ ਵਰਤਣਗੇ, ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਇਹ ਤੁਛ ਬੋਧੇ ਆ ਸਾਡੀ। ਕਈ ਵਾਰ ਇੱਦਾਂ ਜ਼ਰੂਰ ਹੋਇਆ, ਆਲਮੋਸਟ ਐਵਰੀ ਟਾਈਮ ਇੱਦਾਂ ਹੋਇਆ ਕਿ ਜਦੋਂ ਵੀ ਆਪਾਂ ਵਿਚਾਰ ਕਰਦੇ ਹਾਂ ਮਨ ਵਿੱਚ, ਲੋਕ ਸੋਚਿਆ ਹੁੰਦਾ ਆਪਣਾ ਮਨ ਵੀ ਦੋ ਤਿੰਨ ਚੀਲਾਂ 'ਚ ਲੋਕ ਸ਼ਾਇਦ ਇਹਦੇ ਇਸ ਵਿਸ਼ੇ 'ਤੇ, ਕਈ ਵਾਰੀ ਵਿਸ਼ਾ ਦਿੱਤਾ ਹੁੰਦਾ, ਕਈ ਵਾਰੀ ਨਹੀਂ ਵੀ ਦਿੱਤਾ ਹੁੰਦਾ, ਜਾਂ ਕਈ ਵਾਰੀ ਪਹਿਲਾਂ ਕੋਈ ਕੀਰਤਨ ਸ਼ਬਦ ਕੋਈ ਦਿਹਾੜਾ ਹੁੰਦਾ, ਉਹਦੇ ਬਾਰੇ ਆਪਾਂ ਚਲੋ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਇੰਨੀ ਕੁਸਤਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜਦੋਂ ਸ਼ੁਰੂ ਕਰੀਦਾ ਕਈ ਚੀਜ਼ਾਂ ਵਿਸਰ ਜਾਂਦੀਆਂ, ਮਹਾਰਾਜ ਕੁਛ ਹੋਰ ਹੀ ਚੀਜ਼ ਕਢਾ ਲੈਂਦੇ ਆ। ਅਤੇ ਬਾਅਦ ਦੇ ਵਿੱਚ ਮੈਂ ਕਈ ਵਾਰੀ ਇੱਦਾਂ ਵੀ ਸੋਚਿਆ, ਚਲੋ ਉਹੀ ਮੈਂ ਸੋਚੀ ਨਹੀਂ, ਪਤਾ ਨਹੀਂ ਮਹਾਰਾਜ ਨੇ ਕਾਹਤੋਂ ਕਢਾ ਲਈ। ਬਾਅਦ 'ਚੋਂ ਸੰਗਤ ਨਾਲ ਗੱਲ ਕੀਤੀ, ਕੋਈ ਸੱਜਣ ਆਇਆ ਅਤੇ ਉਹਨਾਂ ਨੇ ਕਿਹਾ ਭਾਈ ਸਾਹਿਬ ਜੀ ਜਿਹੜੀ ਆਗ ਬਿਲਕੁਲ ਗਈ, ਦੈਟਸ ਵਾਟ ਆਈ ਵਾਸ ਸਟ੍ਰਗਲਿੰਗ ਵਿਦ, ਆਈ ਨੀਡ ਇਟ ਟੂ ਹੀਅਰ ਦੈਟ। ਗੁਰੂ ਸਾਹਿਬ ਵਿੱਚ ਵਰਤਦੇ ਆ ਨਾ ਜੀ, ਕਈ ਥਾਵਾਂ 'ਤੇ ਜਦੋਂ ਮੈਂ ਛੋਟਾ ਹੁੰਦਾ ਸੀ ਸ਼ੁਰੂਆਤ ਕਥਾ ਕੀਤੀ ਜੀ, ਸਾਡੇ ਪਿਤਾ ਜੀ ਸਾਨੂੰ ਇਹ ਸਿੱਖਿਆ ਦਿੰਦੇ ਹੁੰਦੇ ਸੀ, ਤੂੰ ਆ ਪੰਕਤੀ ਗਲਤ ਬੋਲ ਗਿਆ ਜਾਂ ਆਤ ਪ੍ਰਮਾਣ ਥੋੜ੍ਹਾ ਯੂ ਨੋ ਇੱਦਾਂ ਕਹਿਣਾ ਚਾਹੀਦਾ ਸੀਗਾ, ਹੋਰ ਪ੍ਰਮਾਣ ਲੱਗ ਸਕਦਾ ਸੀਗਾ ਜੀ, ਇੱਦਾਂ ਥੋੜ੍ਹਾ ਮਤਲਬ ਸਿੱਖਿਆ ਦਿੰਦੇ ਹੁੰਦੇ ਸੀਗੇ ਨਾਲ ਨਾਲ ਬਾਅਦ 'ਚ। ਸੋ ਇੱਕ ਵਾਰੀ ਮੈਂ ਕਥਾ ਕਰਕੇ ਉੱਠਿਆ, ਮੈਂ ਸੋਚਿਆ ਚਲੋ ਭਾਈ ਪਿਤਾ ਜੀ ਨੇ ਘਰ ਜਾ ਕੇ ਬਹੁਤ ਕੁਛ ਕਹਿਣਾ ਹੋਇਆ ਕਿ ਆਹ ਚੀਜ਼ਾਂ ਗਲਤ ਇੱਦਾਂ, ਮੈਂ ਕਿਹਾ ਮੈਂ ਆਪਣੀ ਬੇਇੱਜ਼ਤੀ ਕਰਾ ਕੇ ਉੱਠ ਗਿਆ, ਅੱਜ ਤੋਂ ਬਾਅਦ ਮੈਂ ਨਹੀਂ ਬੋਲਣਾ, ਬਿਲਕੁਲ ਮੈਂ ਨਹੀਂ ਬੋਲਣਾ। ਮੈਂ ਉੱਠ ਕੇ ਉਤਰਿਆ ਸਹੀ, ਅਤੇ ਕਿਸੇ ਨੇ ਆ ਕੇ ਭਾਈ ਸਾਹਿਬ ਦੈਟ ਵਾਸ ਦ ਮੋਸਟ ਇੰਸਪੀਰੇਸ਼ਨਲ ਥਿੰਗ ਆਈਵ ਐਵਰ ਹਰਟ, ਮੇਰੀ ਜ਼ਿੰਦਗੀ ਬਦਲ ਗਈ। ਦੇ ਵਰ ਲਾਈਕ ਸਮਬਡੀ ਸੈਡ ਲਿਟਰਲੀ ਦੇ ਵਰ ਔਨ ਦੇਅਰ ਵੇ ਟੂ ਕਮਿਟ ਸੁਸਾਈਡ, ਐਂਡ ਦੇ ਸੈਡ ਦੈਟ ਆਈ ਵਾਸ ਗੋਇੰਗ ਟੂ ਜਸਟ ਗੋ ਟੂ ਗੁਰੂ ਸਾਹਿਬਸ ਚਰਨ ਐਂਡ ਜਸਟ ਵਨ ਲਾਸਟ ਟਾਈਮ ਮੱਥਾ ਟੇਕ ਐਂਡ ਸੇ ਗੁਰੂ ਸਾਹਿਬ ਲਾਈਕ ਫੋਰਗਿਵ ਮੀ ਫੋਰ ਦਿਸ ਟਾਈਮ, ਅਗਲੀ ਵਾਰੀ ਦੇਖਾਂਗੇ। ਦੈਟ ਦੈਟ ਵਾਸ ਦ ਲਿਟਰਲੀ ਦੇਅਰ ਵਰਡਸ। ਆਏ ਕਥਾ ਸ਼ੁਰੂ ਹੋਈ ਅਤੇ ਮਾਂ ਉਸ ਟਾਈਮ 'ਤੇ ਮੈਨੂੰ ਉਹੀ ਮੇਰੇ ਮਨ 'ਚੋਂ ਚੱਲ ਗਿਆ, ਪਤਾ ਨਹੀਂ ਮੈਂ ਕੀ ਬੋਲੀ ਜਾਂਦਾ, ਆਪਣੀ ਬੇਇੱਜ਼ਤੀ ਕਰਾਈ ਜਾਂਦਾ, ਆਈ ਹੈਵ ਨੋ ਆਈਡੀਆ ਮੈਂ ਕਿਹੜੀ ਗੱਲ ਕਿੱਧਰੋਂ ਲਿੰਗੜੀ ਦੀ ਪੜਿੰਗੜੀ ਇੱਧਰ ਦੀ ਉੱਧਰ ਦੀ ਲਾਤੀ, ਐਂਡ ਆਈ ਡਿਡਨਟ ਫੀਲ ਲਾਈਕ ਇਟ ਵਾਸ ਔਨ ਟੌਪਿਕ। ਬਾਅਦ ਦੇ ਵਿੱਚ ਚਲੋ ਸੰਗਤਾਂ ਨੇ ਵੀ ਕਿਹਾ ਠੀਕ ਸੀਗਾ, ਠੀਕ ਲੱਗਾ, ਪਰ ਉਹ ਬਾਅਦ 'ਚੋਂ ਜਦੋਂ ਸੱਜਣ ਮਿਲਿਆ ਉਹ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਜਿਹੜੀਆਂ ਗੱਲਾਂ ਇੱਦਾਂ ਲੱਗਾ ਗੁਰੂ ਸਾਹਿਬ ਬੋਲ ਰਹੇ ਵਿੱਚ ਵਰਤ ਰਹੇ ਹਾਂ। ਸੋ ਕਈ ਵਾਰੀ ਇੱਦਾਂ, ਕਈ ਵਾਰੀ ਪ੍ਰੇਮ ਦੇ ਵਿੱਚ ਮਹਾਰਾਜ ਬਿਲਕੁਲ ਨਹੀਂ ਮਗਨ ਕਰਦੇ, ਜਿੱਦਾਂ ਕੱਲ੍ਹ ਸ਼ਾਮ ਦੀ ਗੱਲ ਆ, ਮੈਂ ਨਹੀਂ ਸੋਚਿਆ ਸੀਗਾ ਕਿ ਮੈਂ ਭਾਈ ਸੁਬੇਗ ਸਾਹਿਬ, ਪਤਾ ਨਹੀਂ ਤੁਸੀਂ ਸੀ ਕਿ ਨਹੀਂ, ਭਾਈ ਸੁਬੇਗ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਜਦੋਂ ਇਕੱਠੇ ਜਾ ਕੇ ਸ਼ਹੀਦੀ ਪਾਉਂਦੇ ਲਾਹੌਰ ਦੇ ਵਿੱਚ ਅਤੇ ਜਾ ਕੇ ਫਿਰ ਸੱਚਖੰਡ ਪਿਆਨਾ ਕਰਦੇ ਆ, ਉਹ ਜਿਹੜਾ ਪ੍ਰਸੰਗ ਸ਼ਹੀਦੀ ਦਾ, ਉਸ ਤੋਂ ਬਾਅਦ ਵਿੱਚ ਕੀ ਹੋਇਆ, ਕਿਵੇਂ ਕਵੀਆਂ ਨੇ ਸਾਰੀ ਗੱਲ ਲਿਖੀ ਆ, ਸੱਚਖੰਡ ਵਿੱਚ ਕਿਵੇਂ ਕਿਵੇਂ ਹੋਇਆ, ਉਹ ਮੈਂ ਥੋੜ੍ਹੀ ਗਾਥਾ ਸਾਂਝੀ ਕੀਤੀ ਸੀਗੀ। ਟੌਪਿਕ ਵੈਸੇ ਹੋਰ ਚੱਲ ਰਿਹਾ ਸੀਗਾ, ਵਿੱਚ ਹੀ ਮਿੱਤਰਤਾਈ ਦੀ ਮਹਾਰਾਜ ਨੇ ਗੱਲ ਪਾਤੀ ਕਿ ਜਿੱਦਾਂ ਮਿੱਤਰਤਾਈ ਦੀ ਗੱਲ ਹੁੰਦੀ ਆ, ਉਹਨਾਂ ਦਾ ਬਿਲਕੁਲ ਹੀ ਹੋਰ ਪਾਸੇ ਉਹਨਾਂ ਦੀ
ਇਮੇਜ ਮਹਾਰਾਜ ਨੇ ਸਾਹਮਣੇ ਲਿਆ ਤੀ ਭਾਈ ਤਾਰੂ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਸਾਹਮਣੇ ਆ ਗਏ ਮੈਂ ਕਿਹਾ ਇਹਨਾਂ ਭਾਈ ਤਾਰੂ ਸਿੰਘ ਜੀ ਸਾਹਮਣੇ ਆ ਗਏ ਵਿਚਾਰ ਕਰਨੀ ਪੈਣੀ ਆ ਉਹ ਗੱਲ ਕਹੀ ਬਾਅਦ ਵਿੱਚ ਇੱਕ ਅੰਕਲ ਜੀ ਮਿਲੇ ਉਹ ਸੰਘਰਸ਼ ਵਿੱਚ ਰਹੇ ਆ ਤੇ ਬਿਲਕੁਲ ਕਥਾ ਦੇ ਵਿੱਚ ਕੋਈ ਇਹੋ ਜਿਹਾ ਪ੍ਰਮਾਣ ਲੱਗਣਾ ਨਹੀਂ ਸੀਗਾ ਜਿਹੜਾ ਸ਼ਹੀਦੀ ਰਿਲੇਟਡ ਆ ਮਹਾਰਾਜ ਨੇ ਲਵਾ ਦਿੱਤਾ ਉਹ ਸੰਘਰਸ਼ ਵਿੱਚ ਰਹੇ ਆ ਉਹਨਾਂ ਨੇ ਕਿੱਦਾਂ ਕਿੱਦਾਂ ਕੀਤਾ ਕੀ ਸੁਣਿਆ ਕਿਵੇਂ ਮਤਲਬ ਸਾਰਾ ਦੇਖਿਆ ਅਤੇ ਉਹਨਾਂ ਵਿੱਚੋਂ ਬਹੁਤ ਅਸੀਸਾਂ ਮਿਲੀਆਂ ਉਹਨਾਂ ਵੱਲੋਂ ਅਤੇ ਉਹਨਾਂ ਨੇ ਆਪਣੀ ਗੱਲ ਸਾਂਝੀ ਕੀਤੀ ਐਨ ਵਾਜ਼ ਲਾਈਕ ਕਿਉਂਕਿ ਉਹ ਆਏ ਮਹਾਰਾਜ ਨੇ ਉਹੀ ਕਹਾਇਆ ਸੋ ਸੱਚੀ ਗੱਲ ਦੱਸਾਂ ਨਾ ਮੈਨੂੰ ਲੱਗਦਾ ਮੈਂ ਕਦੇ ਨਹੀਂ ਕਥਾ ਕੀਤੀ ਹੈ ਨਾ ਜੇ ਆਪਣੇ ਮਨ ਪਾ ਕੇ ਮੈਂ ਕੋਸ਼ਿਸ਼ ਕੀਤੀ ਆ ਅਤੇ ਉਹ ਸ਼ਾਇਦ ਹੋਰ ਕੋਈ ਗੱਲ ਹੋਈ ਹੋਣੀ ਹੈ ਪਰ ਮਹਾਰਾਜ ਤੁਹਾਡੇ ਚਰਨਾਂ 'ਚ ਹੀ ਆ ਤੁਸੀਂ ਸੇਵਾ ਆ ਰੀਲੀ ਵੀ ਹੈਵ ਨੋ ਕੰਟਰੋਲ ਨਥਿੰਗ ਹੈ ਨਾ ਜੇ ਆਪ ਛੱਡ ਦਿੱਤੇ ਆਪਣੇ ਆਪ ਨੂੰ ਤਿਆਗਤਾ ਤਾਂ ਮਹਾਰਾਜ ਦੀ ਸ਼ਕਤੀ ਆ ਸਮੁੰਦਰ ਵਾਂਗੂ ਅਤੇ ਜੇ ਆਪਣੇ ਆਪ ਨੂੰ ਫੜੀ ਰੱਖੇ ਫਿਰ ਮਹਾਰਾਜ ਦੀ ਕਲਾ ਨਹੀਂ ਵਰਤ ਸਕਣ ਹੈ ਨਾ ਸਾਡੀ ਤਾਂ ਕੋਈ ਕਲਾ ਆਇਆ ਨਹੀਂ To answer your question, yeah. like really never. No, it's like something to see jo dass reya mainu Bhai Veer Singh ji Professor Pura Singh ji dosti te jugal bandi bahut vadiya lagdi hai jado ek sama aunda va hana and they start getting together hana te jado Bhai Veer Singh ji de kamre te ja ke Professor Pura Singh ji roi jande aa ki maharaj mainu amrit di daat bakhsho te Bhai Veer Singh ji conference to aunde aa hana te oh kehnde ki hoya kehnde ਮਹਾਰਾਜ ਤੁਹਾਡਾ ਕੋਈ ਪਿਆਰਾ ਤੁਹਾਡੇ ਕਮਰੇ 'ਚ ਰੋਈ ਜਾਂਦਾ ਵਾ ਉਹ ਕਹਿੰਦਾ ਵਾ ਕਿ ਮੈਨੂੰ ਦਾਤ ਬਖਸ਼ੋ ਹੈ ਨਾ ਅੰਮ੍ਰਿਤ ਦੀ ਐਂਡ ਹਾਓ ਭਾਈ ਪੂਰਨ ਸਿੰਘ ਜੀ ਐਂਡ ਭਾਈ ਵੀਰ ਸਿੰਘ ਜੀ ਰਾਈਟ ਉਹਨਾਂ ਦਾ ਰਿਸ਼ਤਾ ਕਿਵੇਂ ਹੁੰਦਾ ਭਾਈ ਵੀਰ ਸਿੰਘ ਦੀ ਹਜੇ ਨਹੀਂ ਦਾਤ ਮਿਲਦੀ ਹੈ ਨਾ ਇਟਸ ਸਮਥਿੰਗ ਦੈਟ ਉਹ ਚਾਹੁੰਦੇ ਉਹ ਚੀਜ਼ਾਂ ਨੂੰ ਹੈ ਨਾ ਮਹਾਰਾਜ ਖੁਦ ਵਰਤ ਰਹੇ ਉਹ ਚੀਜ਼ਾਂ ਦੇ ਵਿੱਚ ਐਂਡ ਵਨ ਯੂ ਸਿੰਗ ਕਿ ਤੁਸੀਂ ਜਪਜੀ ਸਾਹਿਬ ਦਾ ਮਹਾਰਾਜ ਪਾਠ ਕਰਵਾਉਂਦੇ ਆ ਚਪਈ ਸਾਹਿਬ ਦਾ ਪਾਠ ਕਰਵਾਉਂਦੇ ਆ ਹੈ ਨਾ ਬਿਫੋਰ ਗੋਇੰਗ ਟੂ ਦੀ ਕਥਾ ਹੈ ਨਾ ਕਿ ਆਪਾਂ ਮਹਾਰਾਜ ਨੂੰ ਨਮਸਤਕ ਹੋ ਜਾਂਦੇ ਆ ਕਿ ਮਹਾਰਾਜ ਤੁਸੀਂ ਆ ਹੈ ਨਾ ਕਿ ਸਗਲ ਦੁਆਰ ਕੋਈ ਛਾੜ ਕੇ ਗਏ ਤੁਹਾਡਾ ਦੁਆਰ ਹੈ ਨਾ ਪਾਏਗੇ ਕਿ ਇਲਾਜ ਅਸ ਗੋਬਿੰਦ ਦਾਸਤਾਰ ਕਿ ਮਹਾਰਾਜ ਕਿਰਪਾ ਕਰੋ ਦੈਟਸ ਦੀ ਸੇਮ ਥਿੰਗ ਦੈਟ ਆਈ ਹੈਵ ਸੀਨ ਜਦੋਂ ਭਾਈ ਵੀਰ ਸਿੰਘ ਜੀ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ ਕਾਨਫਰੰਸ 'ਚ ਜਾਂਦੇ ਸੀ ਪਹਿਲਾਂ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਪੈਂਦੀ ਸੀ ਇਹ ਮਰਿਆਦਾ ਵੈਸੇ ਪਹਿਲਾਂ ਜਾ ਕੇ ਦਰਬਾਰ ਦੇ ਵਿੱਚ ਆਪ ਮਹਾਰਾਜ ਦੇ ਚਰਨਾਂ ਵਿੱਚ ਜੁੜ ਕੇ ਪੁਰਾਣੀ ਮਰਿਆਦਾ ਹੈ ਪਹਿਲਾਂ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਹੈ ਹੈ ਨਾ ਪੁਰਾਣੀ ਮਰਿਆਦਾ ਜੀ ਪਹਿਲਾਂ ਕੀਰਤਨ ਹੁੰਦਾ ਫਿਰ ਕਥਾ ਹੁੰਦੀ ਉਸ ਤੋਂ ਬਾਅਦ ਢਾਡੀ ਸਿੰਘ ਲੱਗਦੇ ਆ ਹਾਂਜੀ ਕਿਉਂਕਿ ਢਾਡੀ ਸਿੰਘਾਂ ਨੇ ਸੁਰਪੁਰ ਲਾਈ ਜਾਣੀ ਹੁੰਦੀ ਹੈ ਵੀਰ ਰਸੀ ਤੇ ਕੀਰਤਨ ਦੇ ਵਿੱਚ ਮਨ ਟਕਾ ਜਿਹਦਾ ਮਨ ਦਾ ਹੱਲ ਨਹੀਂ ਵਾਇਆ ਜਾਂਦਾ ਯੂ ਫਲਾਓ ਦਾ ਫੀਲਡਸ ਆਫ ਦਾ ਮਾਈਂਡ ਫਿਰ ਜਦੋਂ ਮਨ ਪੂਰੀ ਟਿਕਾਅ ਵਿੱਚ ਹੋਵੇ ਉੱਥੇ ਸਿੱਖਿਆ ਦਿੱਤੀ ਜਾਵੇ ਨਹੀਂ ਤਾਂ ਫਿਰ ਮਨ ਦੇ ਵਿੱਚ ਟਿਕਾਅ ਬਣਦਾ ਜਦੋਂ ਦਾਸ ਨੇ ਛੋਟੀ ਉਮਰ ਦੇ ਵਿੱਚ ਨਾਲੇ ਗੱਲ ਵਿਚਾਰ ਕਰਨੀ ਸ਼ੁਰੂ ਕੀਤੀ ਸੀਗੀ ਇਟ ਵਾਜ਼ ਨੈਵਰ ਵਿਦ ਦੀ ਇੰਟੈਂਸ਼ਨ ਕਿ ਦਾਸ ਕਥਾ ਕਰਿਆ ਕਰੇ ਮਾਈ ਡੀਅਰ ਸਰ ਸਤਿ ਇੱਕ ਦਰਦ ਸੀਗਾ ਮਹਾਰਾਜ ਨੇ ਸੰਗਤ ਬਖਸ਼ੀ ਮਹਾਰਾਜ ਨੇ ਪ੍ਰੇਮ ਬਖਸ਼ਿਆ ਸਿੱਧ ਬਖਸ਼ੀ ਭਗਤੀ ਵਿੱਚ ਜਿਨ੍ਹਾਂ ਦੱਸਣ ਰਹੇ ਦੁਰਮਤ ਵੰਜਾ ਇਹੋ ਜਿਹੇ ਮਿੱਤਰਾਂ ਦੇ ਨਾਲ ਸੱਜਣਾਂ ਨਾਲ ਸਾਂਝ ਪਾਈ But when we looked around at the world, nobody was experiencing that. Sare dukh apne apne to kar kar rahe aa ke sare dukh vich sige. And so we're like, well, why don't I tell you a Sakhi? Someone came to me with a question. I was like, oh, I heard a Sakhi about this. Oh, you know, don't you know the Shabad of Guru Sahib? You're feeling this, but Guru Sahib says this. Etun gal suri. It started with compassion. It's someone's feeling dard, the pain, and you want to answer their question. You want to make them, alleviate them of their pain. Ode vichon, we're like, chalo, goal is, ਆਪਾਂ ਪ੍ਰਫੁੱਲਤਾ ਆਫ ਦ ਪੰਥ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਆ ਗੁਰੂ ਸਾਹਿਬ ਦੀਆਂ ਖੁਸ਼ੀਆਂ ਉਦੋਂ ਮਿਲਦੀਆਂ ਆ ਜਦੋਂ ਆਪਾਂ ਪੰਥ ਦੀ ਸੇਵਾ ਕਰੀਏ ਪੰਥ ਦੀ ਚੜ੍ਹਦੀ ਕਲਾ ਹੋਵੇ ਸਾਡੇ ਸਿੱਖ ਰਾਜ ਆਉਣ ਫਿਰ ਉਹ ਆਉਂਦਾ ਸ਼ਹੀਦੀਆਂ ਪਾਉਣੀਆਂ ਗੁਰੂ ਸਾਹਿਬ ਨੂੰ ਮੰਨ ਦੇਣਾ ਅਤੇ ਛੋਟੀ ਮਨ ਛੋਟੀ ਉਮਰ 'ਚ ਕਹਿ ਵੀ ਦਿੱਤਾ ਸੀ ਬਸ ਤੁਰ ਪਏ ਹੁਣ ਸਿਰ ਦੇ ਦੇਣਾ ਸ਼ਹੀਦੀ ਪਾਤੀ ਸਿਆਣੇ ਸਿੰਘਾਂ ਨੇ ਕਿਹਾ ਕਿ ਹਾਲੇ ਤੂੰ ਲਿਵ ਡਾਈ ਫੋਰ ਦ ਗੁਰੂ ਵਾਇਰਲ ਲਾਈਵ ਜੇ ਮਹਾਰਾਜ ਨੇ ਫਿਜ਼ੀਕਲੀ ਵੀ ਲੈਣੀ ਹੋਈ ਲੈ ਲੈਣਗੇ ਮੈਂ ਕਿਹਾ ਠੀਕ ਹੈ ਸਦਵਚਨ ਇਹ ਵੀ ਗੱਲ ਠੀਕ ਹੈ ਹੁਣੇ ਆਪਣੇ ਮਨ ਤਿਆਗ ਦਿੰਦੇ ਹਾਂ ਵਾਰ ਨੀਡ ਟੂ ਡੂ ਇਟ ਫਿਜ਼ੀਕਲੀ ਫਰਸਟ ਪਹਿਲਾਂ ਮਨ ਤਿਆਗ ਦੋ ਸਰੀਰ ਜਦੋਂ ਮਹਾਰਾਜ ਨੇ ਲੈਣਾ ਹੋਇਆ ਗੁਰੂ ਦੇ ਹਵਾਲੇ ਕਰਤਾ ਹੈ ਦੈਨ ਐਜ਼ ਵੀ ਵਰ ਬਿਲਡਿੰਗ ਐਵਰੀਥਿੰਗ ਵੀ ਰੀਅਲਾਈਜ਼ ਚਲੋ ਇੱਥੇ ਤੱਕ ਪਹੁੰਚਣਾ ਵੀ ਵਾਂਟ ਦਿਸ ਫਰ ਦ ਪੰਥ ਉਹ ਵੀ ਇੰਸਟੀਟਿਊਸ਼ਨਸ ਚਾਹੀਦੀਆਂ ਆ ਆਹ ਵੀ ਸਾਨੂੰ ਵੱਡੇ ਮਤਲਬ ਅਨੰਦਪੁਰ ਸਾਹਿਬ ਵਰਗੇ ਦਰਬਾਰ ਫਿਰ ਚਾਹੀਦੇ ਆ ਪਰ ਉਹ ਚੀਜ਼ ਬਣਾਉਣ ਵਾਸਤੇ ਫਾਈਵ ਥਿੰਗਸ ਚਾਹੀਦੀਆਂ ਉਹਦੇ ਵਾਸਤੇ ਹੋਰ ਚਾਹੀਦਾ ਪਰ ਉਹਦੇ ਵਾਸਤੇ ਸਿੱਖਾਂ ਨੂੰ ਸਿੱਖੀ ਚਾਹੀਦੀ ਹੈ ਵੀ ਰੀਅਲਾਈਜ਼ ਸਿੱਖਸ ਡੋਨਟ ਹੈਵ ਸਿੱਖੀ ਸਿੱਖਸ ਆਰ ਸਟਰਗਲਿੰਗ ਟੂ ਅੰਡਰਸਟੈਂਡ ਸਿੱਖੀ ਸੋ ਵੀ ਸਟਾਰਟਡ ਦੇਅਰ ਦੈਟਸ ਵਰ ਕਥਾ ਕੇਮ ਆਊਟ ਹੈ ਨਾ ਮਹਾਰਾਜ ਤੁਹਾਡਾ ਪ੍ਰੇਮ ਜਿਹੜਾ ਤੁਸੀਂ ਸਾਨੂੰ ਮਹਿਸੂਸ ਕਰਾਇਆ ਕਰਵਾਈ ਚੱਲੋ ਮਹਾਰਾਜ ਖਿੱਚ ਸਕਦੇ ਅੱਜ ਤੁਸੀਂ ਪ੍ਰੇਮ ਮਹਿਸੂਸ ਕਰਵਾਇਆ ਨਾ ਅਤੇ ਮਹਾਰਾਜ ਦਿਲ ਕਰਦਾ ਕਿ ਤੁਸੀਂ ਦੂਸਰੇ ਦੇ ਹਿਰਦੇ ਵਿੱਚ ਵੀ ਪਾ ਦਈਏ ਅਸੀਂ ਪ੍ਰੇਮ ਦੀ ਸਾਂਝ ਹੈ ਬਸ ਹੋਰ ਕੁਛ ਨਹੀਂ ਯੂ ਟਾਕਿੰਗ ਅਬਾਊਟ ਦੀ ਪ੍ਰੇਮ ਆਈ ਵੁੱਡ ਆਸਕ ਦੀ ਕੁਐਸਚਨ ਅਸੀਂ ਭਾਈ ਜਗਰਾਜ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ ਸੋ ਵੈਨਐਵਰ ਵੀ ਯੂਸ ਟੂ ਲੁੱਕ ਮੈਨੂੰ ਪਹਿਲੀ ਉਹਨਾਂ ਦੀ ਵੀਡੀਓ ਉਦੋਂ ਆਈ ਸੀ ਕਿ ਹੀ ਸਪੀਕਿੰਗ ਵੈਰੀ ਇਮੋਸ਼ਨਲੀ ਹੈ ਨਾ ਇਜ਼ ਲਾਈਕ ਦੇਗ ਤੇਗ ਜਗ ਮੈਂ ਦੋ ਚਲੇ
ਹਨਾ ਕਿ ਮਹਾਰਾਜ ਦੀ ਪੰਕਤੀ ਕਰਕੇ ਨਾ ਹੀ ਇਜ਼ ਲਾਈਕ ਵੈਰੀ ਇਨ ਬੀਰ ਰਸ ਐਂਡ ਹੀ ਇਜ਼ ਟਾਕਿੰਗ ਅਬਾਊਟ ਇਟ ਅਸੀਂ ਉਹਨਾਂ ਨੂੰ ਵੀਡੀਓਜ਼ ਥਰੂ ਦੇਖਿਆ ਹਨਾ ਆਈ ਵੁੱਡ ਆਸਕ ਯੂ ਕਿ ਤੁਹਾਡਾ ਤੁਸੀਂ ਜੇਕਰ ਉਹਨਾਂ ਦੇ ਦਰਸ਼ਨ ਕੀਤੇ ਆ ਰਾਈਟ ਜੇਕਰ ਤੁਸੀਂ ਯੂ ਹੈਵ ਬੀਨ ਇਕੱਠੇ ਕੰਮ ਕਰਦੇ ਤੁਸੀਂ ਹਨਾ ਤੁਹਾਡਾ ਇੱਕ ਸਮਾਂ ਲੰਘਿਆ ਵਾ ਇਕੱਠਿਆਂ ਦਾ ਦੇ ਵਿਲ ਬੀ ਮਲਟੀਪਲ ਥਿੰਗਸ ਕਿ ਤੁਹਾਡੀਆਂ ਯਾਦ 'ਚ ਹੋਣਗੀਆਂ ਹਨਾ ਤੁਸੀਂ ਅੱਜ ਵੀ ਉਹਨਾਂ ਨੂੰ ਮੈਮਰੀਜ਼ ਦੇ ਥਰੂ ਯਾਦ ਕਰਦੇ ਹੋਵੋਗੇ ਬਟ ਇੱਕ ਇਹੋ ਜਿਹੀ ਮੈਮਰੀ ਕਿ ਜਿਹੜੀ ਤੁਹਾਨੂੰ ਬੜੀ ਪਿਆਰੀ ਲੱਗਦੀ ਹੈ ਹਾਂਜੀ ਉਹ ਪੰਥ ਦਰਦੀ ਸੀ ਮੇਰੀ ਅਤੇ ਭਾਈ ਜਗਰਾਜ ਸਿੰਘ ਦੀ ਸਾਂਝ ਇਸ ਚੀਜ਼ 'ਤੇ ਸੀਗੀ ਸਾਡੇ ਡਿਫਰੈਂਸਿਸ ਬਹੁਤ ਸੀਗੇ ਸਾਰਿਆਂ ਦੇ ਹੁੰਦੇ ਆ ਇੱਕ ਭਰਾ ਪਾਸਟਾ ਪਸੰਦ ਕਰਦਾ ਕਿ ਨਹੀਂ ਪਸੰਦ ਕਰਦਾ ਟਿੱਕੀਆਂ ਗੱਲਾਂ ਹੁੰਦੀਆਂ ਪਰ ਇੱਕ ਗੱਲ ਗਹਿਰੀ ਸਾਂਝ ਜਿਹੜੀ ਬਾਕੀਆਂ ਨਾਲ ਪਾਉਣੀ ਬਹੁਤ ਔਖੀ ਸੀਗੀ ਉਸ ਸਮੇਂ ਦਾਸ ਨੂੰ ਉਹ ਇਹ ਸੀਗੇ ਪੰਥ ਦਰਦੀ ਸੀਗੇ ਪੰਥ ਦਾ ਦਰਦ ਕਿਤੇ ਵੀ ਜਾਣਾ ਉਹਨਾਂ ਨੇ ਕਹਿਣਾ ਚਲੋ ਹਾਲ ਚਾਲ ਪੁੱਛ ਗਿਆ ਤੇਰਾ ਪੰਥ ਬਾਰੇ ਕੀ ਖਿਆਲ ਆ ਆਈ ਸਟਿਲ ਰਿਮੈਂਬਰ ਕਮਰੇ 'ਚ ਆਏ ਮੈਨੂੰ ਪਹਿਲਾਂ ਮੈਨੂੰ ਇੱਦਾਂ ਮਤਲਬ ਕਿੱਦਾਂ ਸਿੰਘ ਸੋ ਵੀ ਮੈਟ ਨਾਲ ਦਾ ਸਿੰਘ ਆਇਆ ਕਹਿੰਦਾ ਤੇਰੇ ਪੰਥ ਬਾਰੇ ਕੀ ਖਿਆਲ ਆ just that memory of them saying anyways I don't care who you are what you do oh gallan bacho what do you think about the panth anyways still up on hor gurdwara di gal kiti we talked about what you do for work saringa la what about the panth acha oh acha so what does your dad do what does he think about the panth but that was the key I was like this guy's amazing ee panth dardi jehda siga na panth bare khyal rakhna panth panth bari panth di chinta rakhni sir te apne man de vich ਇਹ ਬੜੇ ਭਾਗਾਂ ਨਾਲ ਗਿਆ ਲਾਈਕ ਦੈਟ ਵਾਸ ਬਲੈਸਡ ਐਂਡ ਦੈਟਸ ਵਾਟ ਪੁਲਡ ਮੀ ਦੈਟਸ ਵਾਟ ਟਾਈਡ ਮੀ ਡਾਊਨ ਦੀ ਅਦਰ ਥਿੰਗ ਵਾਸ ਜਦੋਂ ਆਪਾਂ ਆ ਪੀੜ੍ਹੀ ਦੇ ਵਿੱਚ ਆਪਾਂ ਵੱਡੇ ਹੋ ਰਹੇ ਹਾਂ ਨਾ ਜੀ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਿਹੜੇ ਸਿੰਘ ਬੰਦਗੀ ਵਾਲੇ ਬਹੁਤ ਕਿੰਨੇ 84 ਵਿੱਚ ਸ਼ਹੀਦ ਹੋ ਗਏ ਜੀ ਚਲੋ ਆਪਾਂ ਸਾਡਾ ਜਨਮ ਹੀ ਬਾਅਦ 'ਚ ਹੋਇਆ ਐਂਡ ਨਾਓ ਵੀ ਆਰ ਟ੍ਰਾਇੰਗ ਟੂ ਸਮਬਡੀ ਗ੍ਰੈਬ ਅਵਰ ਆਰਮ ਹਨਾ ਕਿ ਕੋਈ ਸਾਡੀ ਬਾਂਹ ਫੜ ਕੇ ਗਾਈਡ ਅਸ ਟੈਲ ਅਸ ਹਾਊ ਡੂ ਵੀ ਡੂ ਥਿੰਗਸ ਅਤੇ ਕਈ ਮਿਲਦੇ ਕਈ ਨਹੀਂ ਮਿਲਦੇ ਮਹਾਰਾਜ ਨੇ ਮਿਲਾਪ ਕਰਵਾਉਣੇ ਹੁੰਦੇ ਆ ਅਤੇ ਦਾਸ ਦੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਪੰਥ ਦੀ ਕੋਈ ਗੱਲ ਕਰਨੀ ਗੁਰੂ ਸਾਹਿਬ ਦੀ ਗੱਲ ਕਰਨੀ ਦਰਦ ਵਿੱਚ ਪ੍ਰੇਮ ਵਿੱਚ ਵਿਰਾਗ ਵਿੱਚ ਕੋਸ਼ਿਸ਼ ਕਰਨੀ ਹੈ ਨਾ ਅਤੇ ਮੇਰੀਆਂ ਗੱਲਾਂ ਨੂੰ ਬਹੁਤ ਸਾਰੀਆਂ ਟਾਲ ਦੇਣਾ ਨਿਆਣਾ ਮਸਤਾਨਾ ਜਿਹਾ ਆਇਆ ਤੂੰ ਉੱਧਰ ਜਾ ਕੇ ਲੈ ਤੈਨੂੰ ਕੀ ਪਤਾ ਬ੍ਰੈਟ ਮੀ ਆਫ ਅਸ ਦ ਕ੍ਰੇਜ਼ੀ ਕਿਡ ਅਤੇ ਜਗਰਾਜ ਸਿੰਘ ਵਾਸ ਸਮਬਡੀ ਦੈਟ ਚੈਨਲਸ ਮਾਈ ਐਨਰਜੀ ਲਾਈਕ ਆਈ ਸੀ ਦਿਸ ਗਾਈ ਹੈਜ਼ ਗਾਟ ਆਲ ਸ਼ਕਤੀ ਐਂਡ ਐਨਰਜੀ ਐਂਡ ਭਾਵਨਾ ਇਹਨੂੰ ਇੱਦਾਂ ਚੈਨਲ ਕਰਕੇ ਇੱਧਰਲੇ ਪਾਸੇ ਲਾਉਣਾ ਹੈ ਲਾਈਕ ਐਂਡ ਦੈਟਸ ਵਾਈ ਆਮ ਵੈਰੀ ਗ੍ਰੇਟਫੁਲ ਫੋਰ ਮਾਈ ਬ੍ਰਦਰ ਅਤੇ ਹੁਣ ਸਾਡੇ ਸਾਰੇ ਗੁਰਪਾਈਆਂ ਦੇ ਫਰਜ਼ ਬਣਦਾ ਜਿਹੜੀ ਸਾਡੀ ਅਗਲੀ ਪੀੜ੍ਹੀ ਆਉਣੀ ਆ ਉਹ ਨਾ ਕਿਤੇ ਖਾਲੀ ਹੱਥ ਮਾਰਦੇ ਰਹਿਣ ਆਪਾਂ ਉਹਨਾਂ ਵਾਸਤੇ ਕੁਝ ਸੈਟਅਪ ਕਰ ਦਈਏ ਜੀ ਹੈ ਨਾ ਉਹਨਾਂ ਦੀ ਐਨਰਜੀ ਨੂੰ ਚੈਨਲ ਕਰ ਦਈਏ ਐਨਰਜੀ ਤਾਂ ਆਉਣੀ ਆ ਹੁਣ ਵੀ ਪੈਦਾ ਹੋ ਰਹੀ ਹੈ ਜੀ ਅਤੇ ਉਹ ਕਿਹੜੇ ਪਾਸੇ ਲਾਉਣੀ ਆ ਸਿਹਤ ਕਿਵੇਂ ਦੇਣੀ ਆ ਸਾਡਾ ਜਿੱਦਾਂ ਜਿੱਦਾਂ ਆਪਣੀ ਉਮਰ ਹੁੰਦੀ ਜਾ ਰਹੀ ਆ ਆਪਣਾ ਐਕਸਪੀਰੀਅੰਸ ਵੱਧਦਾ ਜਾ ਰਿਹਾ ਆਪਣਾ ਆਪਣਾ ਪੰਥ ਦਾ ਦਰਦ ਗੁਰੂ ਪ੍ਰਤੀ ਪ੍ਰੇਮ ਉਹ ਅਗਲੇ ਪਾਸੇ ਅਗਲੇ ਨੂੰ ਵੀ ਦੇਣਾ ਆ ਪਰਸਨਲੀ ਲਾਈਕ ਅਸੀਂ ਖਾਸ ਕਰਕੇ ਮੈਂ ਗੱਲ ਇਹ ਤਾਂ ਕਰਨੀ ਹੈ ਕਿਉਂਕਿ ਅਸੀਂ ਪੰਜਾਬ ਤੋਂ ਹਾਂ ਮੇਰਾ ਪੰਜਾਬ ਦਾ ਬਰਥ ਆਉਣਾ ਤੁਹਾਡੀ ਬਰਥ ਮੇਰੇ ਖਿਆਲ ਤੁਸੀਂ ਮੈਨੂੰ ਆਪਣਾ ਥੋੜ੍ਹਾ ਪਿਛੋਕੜ ਬਾਰੇ ਜ਼ਰੂਰ ਦੱਸੋ ਕਿ ਤੁਹਾਡਾ ਬਰਥ ਕੈਲਗਰੀ 'ਚ ਅਤੇ ਮੰਮ ਡੈਡ ਕਦੋਂ ਆਏ ਸੀ ਉਹ 90s ਅਰਲੀ 90s ਵਿੱਚ ਆ ਗਏ ਸੀ ਜਾਂ ਲੇਟ 80s ਸੱਤ ਆ ਹਾਂਜੀ ਜਦੋਂ ਦਾ ਵੀ ਆਨੰਦ ਕਾਰਜ ਕੈਲਗਰੀ ਹੋਇਆ ਸੱਤ ਆ ਹਾਂਜੀ ਜਦੋਂ ਅਸੀਂ ਆਏ ਮੈਂ 2013 'ਚ ਆਇਆ ਪੰਜਾਬ ਤੋਂ ਅਤੇ ਅਸੀਂ ਇੱਥੇ ਆ ਕੇ ਬੜਾ ਡਿਫਰੈਂਟ ਦੇਖਿਆ ਡਿਫਰੈਂਟ ਇਨ ਵੇ ਕਿ ਜਿਸ ਤਰ੍ਹਾਂ ਅਸੀਂ ਮੈਂ ਤਰਨ ਤਾਰਨ ਸਾਹਿਬ ਤੋਂ ਹਾਂ ਹੁਣ ਉੱਥੇ ਗੁਰਦੁਆਰਾ ਸਾਹਿਬ ਹੈਗਾ ਬਾਬਾ ਲਕੀਰ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲਕੀਰ ਮਾਰੀ ਸੀ ਅਤੇ ਅਸੀਂ ਜਦੋਂ ਜਾਣਾ ਸਾਡੀ ਭਾਵਨਾ ਹੋਣੀ ਕਿ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਆ ਮਹਾਰਾਜ ਕਿਰਪਾ ਕੀਤੀ ਆ ਹੈ ਨਾ ਕਿ ਸਾਨੂੰ ਦਰਸ਼ਨ ਹੋ ਰਹੇ ਆ ਅਤੇ ਅਸੀਂ ਜਦੋਂ ਦਰਬਾਰ ਸਾਹਿਬ ਜਾਣਾ ਜਿੱਥੇ ਸਭ ਤੋਂ ਵੱਡਾ ਸਰੋਵਰ ਆ ਹੈ ਨਾ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਉਹ ਤਰਨ ਤਾਰਨ ਸਾਹਿਬ ਦੇ ਵਿੱਚ ਹੀ ਆ ਅਤੇ ਅਸੀਂ ਜਾਣਾ ਸੀ ਕਹਿਣਾ ਧੰਨ ਗੁਰੂ ਰਾਮਦਾਸ ਮਹਾਰਾਜ ਹੈ ਨਾ ਬੜੀ ਕਿਰਪਾ ਤੁਹਾਡੀ ਅਤੇ ਅਸੀਂ ਉੱਥੇ ਇੱਕ ਜਿਹੜੀ ਭਾਵਨਾ ਇੱਕ ਸਿੱਧਗੀ ਪ੍ਰੀਤ ਦੇਖੀ ਹੈ ਨਾ ਉਹ ਇੱਦਾਂ ਦੀ ਸੀ ਕਿ ਜਿਸ ਤਰ੍ਹਾਂ ਗਿਆਨੀ ਬਲਬੀਰ ਸਿੰਘ ਜੀ ਦੇ ਮੈਨੂੰ ਬਚਨ ਚੇਤਾ ਆਉਂਦੇ ਆ ਉਹ ਸੀ ਪਹੂਵਿੰਡ ਉੱਥੇ ਅਤੇ ਪਹੂਵਿੰਡ ਹੈਗੇ ਸੀ ਅਤੇ ਉੱਥੇ ਨਾ ਬਾਬਾ ਦੀਪ ਸਿੰਘ ਦਾ ਸਥਾਨ ਉੱਥੇ ਮੇਲਾ ਲੱਗਦਾ ਅਤੇ ਉੱਥੋਂ ਇੱਕ ਸਿੰਘ ਤੁਹਾਡਾ ਹੀ ਕਨੇਡਾ ਦਾ ਹਮੇਸ਼ਾ ਉੱਥੇ ਜਾਂਦਾ ਵਾ ਅਤੇ ਉਹ ਉਸੇ ਸਮਾਗਮ ਲਈ ਜਾਂਦਾ ਵਾ ਉਹ ਘਰੇ ਵੀ ਨਹੀਂ ਜਾਂਦਾ ਸਮਾਗਮ ਅਟੈਂਡ ਕਰਦਾ ਵਾਪਸ ਆ ਜਾਂਦਾ ਅਤੇ ਮੈਨੂੰ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਉੱਥੇ ਸੀ ਅਤੇ ਮੈਨੂੰ ਕਹਿੰਦੇ ਕਿ ਇੰਦਰਪਾਲ ਸਿੰਘ ਇਹ ਜਿਹੜੀ ਸੰਗਤ ਬੈਠੀ ਆ ਨਾ ਕਹਿੰਦੇ ਭਾਵੇਂ ਇਹਨਾਂ ਦੇ ਕੇਸ ਕਤਲ ਆ ਕਹਿੰਦੇ ਪਰ ਇਹਨਾਂ 'ਚ ਖੂਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਾ ਇਹ ਇਕੱਲੀ ਇਕੱਲੀ ਰੱਗ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੂਨ ਆ ਇੰਨੇ ਬਲੱਡ ਲਾਈਨ ਨੇ ਪੰਪ ਮਾਰਨਾ ਹੀ ਮਾਰਨਾ ਹੁਣ ਇੱਥੇ ਜਦੋਂ ਅਸੀਂ ਆਏ ਆ ਅਸੀਂ ਇੱਕ ਚੀਜ਼ ਦੇਖੀ ਆ ਕਿ ਫੋਰ ਐਗਜ਼ਾਮਪਲ ਵੈਨ ਆਈ ਵਾਜ਼ ਮੀਟਿੰਗ ਅਦਰ ਪੀਪਲ ਰਾਈਟ ਦੇ ਆਰ ਵੇਅਰਿੰਗ ਬਰਨਾ ਐਂਡ ਤੁਸੀਂ ਬੜੀ ਜਲਦੀ ਇਨਸਪਾਇਰ ਹੋ ਜਾਂਦੇ ਹੋ ਕਿ ਯਾਰ ਕਿੱਦਾਂ ਇੱਕ ਜਜ਼ਬਾ ਜਿਹੜੀ ਸਾਡੀ ਗੱਲ ਬਿਲਕੁਲ ਸਹੀ ਹੈ ਜਿਹੜਾ ਉਸ ਮਿੱਟੀ ਦੇ ਵਿੱਚ ਉੱਥੇ ਧਰਤੀ 'ਤੇ ਰਹਿ ਕੇ ਜਿਹੜੀ ਚੀਜ਼ ਮਿਲਦੀ ਆ ਬਾਕੀ ਦੁਨੀਆ 'ਚ ਹਵਾ ਵੱਖਰੀ ਆ ਭਾਵੇਂ ਚਲੋ ਸਮਾਂ ਇਸ ਸਮੇਂ ਚੱਲ ਰਿਹਾ ਆ ਔਰ ਟਾਈਮ 'ਤੇ ਚੀਜ਼ਾਂ ਇਗਨੋਰ ਹੋ ਰਹੀਆਂ
ਮਹਾਰਾਜ ਨੇ ਜਿਹੜੇ ਹਿਰਦੇ ਵਿੱਚ ਉਹ ਭਾਵਨਾ ਪਾਉਣੀ ਆ ਮਹਾਰਾਜ ਨੇ ਪਾ ਹੀ ਦੇਣੀ ਹੈ। ਡੈਫੀਨੇਟਲੀ ਜੇ ਆਪਾਂ ਬਾਹਰ ਦੀਆਂ ਫਿਲੋਸਫੀਜ਼ ਦੇ ਅਨੁਸਾਰ ਆਪਾਂ ਸਿੱਖ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਥੋੜ੍ਹਾ ਢਿੱਲਾ ਮੱਠਾ ਕੰਮ ਹੋ ਜਾਂਦਾ ਹੈ, ਹੈ ਨਾ। ਵੈਸੇ ਮੈਂ ਕਈ ਵਾਰੀ ਸੋਚਦਾ ਵੀ ਹੁੰਦਾ ਜਿਹੜਾ ਚੰਡੀ ਦੀ ਵਾਰ ਦਾ ਪਾਠ ਹੈ ਨਾ, ਮਹਾਰਾਜ ਨੇ ਉੱਥੇ ਡੱਡੇ ਢੱਡੇ ਰਾੜੇ ਵਰਤੇ ਆ। ਇਹ ਪੰਜਾਬੀ ਬੋਲੀ ਆ, ਜਿਹੜੀ ਸਲੋਕ ਮਹਲਾ ਨਾਵਾਂ ਹੈ ਨਾ ਇਹ ਹਿੰਦੀ ਆ। ਗੁਣ ਗੋਬਿੰਦ ਗਾਇਓ ਨਹੀਂ ਜਨਮ, ਇਹ ਹਿੰਦੀ ਆ ਸਾਰੀ ਭਾਸ਼ਾ, ਠੀਕ ਆ। ਹਮ ਨਹੀਂ ਖਾਤੇ ਹੈ, ਇਹ ਹਿੰਦੀ ਹਿੰਦੀ ਆ। ਜਿਹੜੀ ਪੰਜਾਬੀ ਬੋਲੀ ਆ ਉਹਦੇ 'ਚ ਮਿਆਨੋ ਖੰਡਾ ਧੂਹਿਆ ਮੈਂ ਖਾਸਨ ਪਾਰੀ ਲਸ਼ਕਰ ਤੇਗਾਂ ਬਰਛੀਆਂ ਸੂਰਜ ਨਦਰ ਨਾ ਪਾਏ, ਉਹ ਜਿਹੜਾ ਵੀਰਸ ਉੱਥੇ ਹੀ ਪੈਦਾ ਹੋਇਆ ਉਸੀ ਬੋਲੀ ਵਿੱਚ। ਸਾਨੂੰ ਬਾਹਰ ਦੀ ਜਿਹੜੀ ਆਪਾਂ ਢਿੱਲੀ ਮੁੱਠੀ ਬੋਲੀ ਆ ਜਾਂ ਇੰਗਲੈਂਡ ਦੀ ਬੜੀ ਪੁੱਲੀ ਪੁੱਲੀ ਇੰਗਲਿਸ਼ ਬੋਲਦੇ ਆ, ਠੀਕ ਆ, ਉਹ ਉਹਦੇ ਵਿੱਚ ਉਹ ਜਜ਼ਬਾ ਨਹੀਂ ਹੈ, ਹੈ ਨਾ। ਚਲੋ ਮਹਾਰਾਜ ਨੇ ਜਿਹੜੇ ਹਿਰਦੇ ਵਿੱਚ ਪਾਉਂਦੇ ਉਹ ਪਾ ਹੀ ਦੇਣੇ, ਐਡੀ ਕੋਈ ਗੱਲ ਨਹੀਂ ਆ। ਮੈਂ ਸੱਚੀ ਗੱਲ ਤੁਹਾਨੂੰ, ਤੁਸੀਂ ਗੱਲ ਕਰ ਰਹੇ ਹਾਂ ਉੱਥੋਂ ਦੀ ਧਰਤੀ ਦੀ, ਮੈਨੂੰ ਗੱਲ ਚੇਤਾ ਆਈ, ਮੈਂ ਇੱਕ ਵਾਰੀ ਦਿੱਲੀ ਗਿਆ। ਅੱਛਾ ਜੀ। ਦਿੱਲੀ ਸੀਸਗੜ ਸਾਹਿਬ ਦੇ ਬਿਲਕੁਲ ਬਾਹਰ ਸਿੰਘ ਮੈਨੂੰ ਲੈ ਗਏ। ਅੱਛਾ ਜੀ। ਅਤੇ ਇਤਿਹਾਸ ਪੜ੍ਹਦੇ ਆਏ ਹਾਂ ਕਿ ਭਾਈ ਮਤੀਦਾਸ ਜੀ, ਸਤੀਦਾਸ ਜੀ, ਦਿਆਲਾ ਜੀ ਨੇ ਕਿੱਦਾਂ ਸ਼ਹਾਦਤ ਪ੍ਰਾਪਤ ਕੀਤੀ। ਅਤੇ ਜਦੋਂ ਕਥਾ ਸੁਣਦੇ ਹੁੰਦੇ ਸੀ ਇੱਦਾਂ ਫਿਲਮ ਚੱਲਦੀ ਹੁੰਦੀ ਸੀ ਸੁਮਾਰ ਅੱਖਾਂ ਦੇ ਸਾਹਮਣੇ। ਅਤੇ ਜਦੋਂ ਮੈਂ ਉੱਥੇ ਗਿਆ ਅਤੇ ਮੈਂ ਸੋਚਿਆ ਸੀਸਗੜ ਸਾਹਿਬ ਗੁਰਦੁਆਰਾ ਇੱਧਰ ਨੂੰ ਦੇਖਾਂ, ਸਾਹਮਣੇ ਲਾਲ ਕਿਲਾ ਅਤੇ ਆਹ ਚੌਂਕ ਜਿਹਾ ਆਇਆ ਇੱਕ, ਅਤੇ ਮੈਂ ਸੋਚਿਆ ਕਿੰਨੀਆਂ ਬਿਲਡਿੰਗਾਂ ਜੀਆਂ ਉੱਪਰ, ਕਿੱਥੇ ਲੋਕ ਇੱਥੇ ਖੜ੍ਹੇ ਹੋ ਸਕਦੇ ਵਿੱਚ ਰਹਿ ਰਹੇ ਆ। ਅਤੇ ਨਾਲ ਨਾਲ ਉੱਥੇ ਇਸ ਟਾਈਮ 'ਤੇ ਸਕੂਟਰ ਜਾਂਦੇ ਪੀ 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 ਕਰਦੇ, ਕੋਈ ਕਹਿ ਰਿਹਾ ਚੱਲ ਪਰ ਯਾਰ ਵਿੱਚ ਹੀ ਬੰਦੇ ਲੋਕ ਤੁਰੇ ਫਿਰਦੇ। ਅਤੇ ਮੈਂ ਸੋਚਿਆ ਨਾਲ ਦੇ ਸਿੰਘ ਨੂੰ ਪੁੱਛਿਆ, ਮੈਂ ਕਿਹਾ ਇਹ ਉਹੀ ਚੌਂਕ ਆ ਇਸ ਸਥਾਨ ਚਾਂਦਨੀ ਚੌਂਕ? ਮੈਂ ਨਾਲ ਸਿੰਘ ਨੂੰ ਪੁੱਛਿਆ, ਮੈਂ ਕਿਹਾ ਇਹ ਕਿਹੜਾ ਚੌਂਕ ਆ? ਨਾਲ ਸਿੰਘ ਕਹਿਣਾ ਉਹ ਆਹੀ ਚਾਂਦਨੀ ਚੌਂਕ ਆ। ਮੈਂ ਸੱਚਿਆ ਲਾਈਕ ਦ ਚਾਂਦਨੀ ਚੌਂਕ, ਲਾਈਕ ਦ ਚਾਂਦੀ ਲਾਈਕ ਆਹੋ ਉਹੀ ਚਾਂਦਨੀ ਚੌਂਕ? ਮੈਂ ਕਿਹਾ ਨਹੀਂ ਲਾਈਕ ਦ ਚਾਂਦਨੀ ਚੌਂਕ। ਕਹਿੰਦਾ ਆਹੋ ਹੀ ਆ, ਮੈਂ ਲਾਈਕ ਇੱਥੇ ਜਿੱਥੇ ਭਾਈ ਸਤੀਦਾਸ ਜੀ ਦਿਆਲਾ ਜੀ ਸ਼ਹੀਦ ਹੋਏ ਸੀਗੇ? ਕਹਿੰਦੇ ਹਾਂ, ਉਹ ਸਾਹਮਣੇ ਪਲੈਕ ਲੱਗਾ। ਆਈ ਗੋ ਟੂ ਦ ਮਿਡਲ ਆਫ ਦ ਰੋਡ, ਆਲੇ ਦੁਆਲੇ ਸੜਕਾਂ, ਮੈਂ ਸੱਚੀ ਗੱਲ ਦੱਸਾਂ, ਦਿਲੋਂ ਦੱਸਦਾ, ਆਈ ਵੈਂਟ ਦੇਅਰ ਅਤੇ ਬਸ ਪਲੈਕ ਲੱਗਾ ਤੁਸੀਂ ਇੱਥੇ ਸ਼ਹੀਦੀ ਅਸਥਾਨ ਭਾਈ ਮਤੀਦਾਸ ਜੀ, ਸਤੀਦਾਸ ਜੀ, ਭਾਈ ਦਿਆਲਾ ਜੀ। ਮੈਨੂੰ ਇੰਨਾ ਵਿਰਾਗ ਆਇਆ ਨਾ ਉੱਥੇ ਆਲੇ ਦੁਆਲੇ ਸੜਕਾਂ ਦੇ, ਉਹ ਸਿੰਘ ਵੀ ਹੈਰਾਨ ਗਏ ਇੱਥੋਂ ਦੀ, ਤਾਂ ਮੈਂ ਰੋਜ਼ ਕੰਮ 'ਤੇ ਨੰਗਲ ਦਾ, ਵੀ ਨੈਵਰ ਫੈਲਟ ਦੈਟ। ਉਹ ਉੱਥੇ ਦੇਖ ਕੇ ਆਈਸ ਥੀਟ, ਆਈ ਕੁਡਨਟ ਮੂਵ ਫੋਰ ਲਾਈਕ ਆਲਮੋਸਟ ਲਾਈਕ 40 ਮਿੰਟਸ, ਹੈ ਨਾ। ਉੱਥੇ ਖੜ੍ਹਾ ਰਿਹਾ ਅਤੇ ਦਿਲ ਕਰੇ, ਉੱਥੇ ਸਕੂਟਰੀਆਂ ਜਾ ਰਹੀਆਂ, ਸਾਈਕਲ ਲਈ ਡਾਊਨ, ਪਰ ਅੰਦਰੋਂ ਦਿਲ ਕਰਦੇ ਮੈਂ ਲੰਮੇ ਪੈ ਕੇ ਨਰੋਤ ਕਰਾਂ, ਪਰਲੇ ਪਾਸੇ ਮੈਂ ਜਾ ਕੇ ਨਰੋਤ ਕੀਤੀ ਹੋਵੇ ਬਾਅਦ ਚੋਂ। ਅਤੇ ਉੱਥੇ ਖੜ੍ਹਾ ਰਹਿ ਕੇ ਇੰਨਾ ਰੋਣ ਆਇਆ, ਇੱਦਾਂ ਵਿਰਾਗ ਆਇਆ, ਇੱਦਾਂ ਮੈਨੂੰ ਲੱਗਦਾ ਸੀਗਾ ਸਾਹਮਣੇ ਭਾਈ ਦਿਆਲਾ ਜੀ ਇੱਦਾਂ ਖੜ੍ਹੇ ਆ, ਅਤੇ ਉਹ ਕੋਠੀਆਂ ਦੇ ਆਲੇ ਦੁਆਲੇ ਸਾਰੇ ਲੋਕ ਦੇਖਦੇ ਆ, ਸਾਹਮਣੇ ਲਾਲ ਕਿਲਾ ਆ, ਇੱਧਰ ਸ਼ਹੀਦ ਸੀਸਗੜ ਸਾਹਿਬ ਵਾਲੇ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਆ, ਜਸਟ ਡਿਫਰੈਂਟ ਸਰੀਨ ਫੀਲਿੰਗ, ਉਹੀ ਚੀਜ਼ ਆ, ਉਹੀ ਜਗ੍ਹਾ ਆ, ਪਰ ਦੇਖਣ ਦੀ ਅੱਖ ਵੱਖਰੀ ਆ। ਮਹਾਰਾਜ ਨੇ ਜਿਹੜੇ ਹਿਰਦੇ ਵਿੱਚ ਪਾ ਦੇਣੀ ਚੀਜ਼ ਦਿਖਾਉਣੀ ਦਿਖਾ ਦੇਣੀ ਆ। ਇਹਦੇ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਉਂਦਾ ਤਾ ਜਗਦੀਪ ਸਿੰਘ ਜੀ, ਜਿਹਨਾਂ ਨੇ ਕਿਤਾਬ ਲਿਖੀ ਹੰਨੇ ਹੰਨੇ ਪਾਤਸ਼ਾਹ ਅਤੇ ਬੇਲੀਓ ਨਿਕਲੇ ਸ਼ੇਅਰ, ਸੋ ਦੈਟਸ ਵਨ ਆਫ ਦੀ ਦੇਅਰ ਰੀਡਿੰਗ, ਹੈ ਨਾ। ਅਤੇ ਮੈਂ ਉਹਨਾਂ ਨਾਲ ਗੱਲ ਕਰਨ ਦਿਆ ਸੀ ਅਤੇ ਮੈਨੂੰ ਕਹਿੰਦੇ ਕਿ ਆਪਣਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਦੱਸਿਆ, ਕਹਿੰਦੇ ਆਈ ਵਾਂਟ ਟੂ ਨਨਕਾਣਾ ਸਾਹਿਬ ਪਾਕਿਸਤਾਨ। ਹੁਣ ਚੀਜ਼ ਕੀ ਆ, ਜਿਹੜੀ ਚੀਜ਼ ਦੂਰ ਆ ਉਹਦੀ ਖਿੱਚ ਜ਼ਿਆਦਾ ਵਾ। ਆਤਮਕ ਤੌਰ 'ਤੇ ਅਸੀਂ ਭਾਵੇਂ ਉੱਥੇ ਹੀ ਹਾਂ, ਪਰ ਜਿਹੜੀ ਅੰਦਰੋਂ ਨਾ ਪਰਮਾਤਮਕ ਤੌਰ ਵਾਲੀ ਜਿਹੜੀ ਜੀਵਨ ਦੀ ਗੱਲ ਵਾ ਉਹ ਥੋੜ੍ਹਾ ਦੂਰ ਲੱਗਣ ਦਿਆ ਵਾ। ਉਹ ਕਹਿੰਦੇ ਮੈਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਗਿਆ ਅਤੇ ਉੱਥੇ ਅਰਦਾਸ ਕਰ ਰਹੇ ਨੇ। ਹੁਣ ਅਰਦਾਸ ਸਾਡੀ ਨੇ ਮਹਾਰਾਜ ਜਿਹਨਾਂ ਧਰਮਾਂ ਨੂੰ, ਜਿਹੜੇ ਗੁਰਦੁਆਰਾ ਸਾਹਿਬ ਨੂੰ ਆਪ ਜੀ ਨੇ ਵਿਛੋੜਿਆ ਗਿਆ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਾ ਦਰ ਬਖਸ਼ੋ ਮਹਾਰਾਜ, ਨਨਕਾਣਾ ਸਾਹਿਬ ਦੇ ਬਖਸ਼ੋ, ਹੈ ਨਾ ਮਹਾਰਾਜ, ਕਿਰਪਾ ਕਰੋ। ਉਹ ਗੱਲ ਕਰਦੇ ਕਰਦੇ ਉਹਨਾਂ ਨੇ ਇਹ ਬੇਨਤੀ ਕੀਤੀ, ਕਹਿੰਦੇ ਕਿ ਉਹਨਾਂ ਨੇ ਅਰਦਾਸ ਕਰਤੀ ਜਿਹੜੇ ਉੱਥੇ ਦੇ ਅਰਦਾਸੀ ਸਿੰਘ ਸੀ, ਕਹਿੰਦੇ ਮੈਂ ਜਾ ਕੇ ਕਿਹਾ ਸਿੰਘ ਸਾਹਿਬਾਨ ਨੂੰ ਕਿ ਸਿੰਘ ਸਾਹਿਬਾਨ ਜੀ ਆਪ ਜੀ ਅਤੇ ਨਨਕਾਣਾ ਸਾਹਿਬ ਦੇ ਵਿੱਚ ਹੀ ਉਹ, ਹੈ ਨਾ, ਆਪ ਜੀ ਕਿਉਂ ਅਰਦਾਸ ਕਰਦੇ ਹੋ? ਉਹਨੇ ਕਹਿੰਦੇ ਕਹਿੰਦੇ ਨਹੀਂ ਭਾਈ, ਪੰਥ ਆਨੰਦਪੁਰ ਸਾਹਿਬ ਹੀ ਵੱਸਦਾ। ਹਾਂਜੀ ਬਿਲਕੁਲ। ਕਹਿੰਦੇ ਮੈਂ ਆਨੰਦਪੁਰ ਸਾਹਿਬ ਤੋਂ ਹਾਂ, ਕਹਿੰਦੇ ਸ਼ਹੀਦ ਬਾਗ ਗੁਰਦੁਆਰਾ ਸਾਹਿਬ, ਹੈ ਨਾ, ਕਹਿੰਦੇ ਉੱਥੇ, ਅਤੇ ਕਹਿੰਦੇ ਕਹਿੰਦੇ ਨਹੀਂ ਭਾਈ ਪੰਥ ਆਨੰਦਪੁਰ ਸਾਹਿਬ ਵੱਸਦਾ। ਕਹਿੰਦੇ ਜੇਕਰ ਆਪ ਜੀ ਉੱਥੇ ਜਾਓ ਨਾ ਸਾਡਾ ਨਮਸਤਕ ਜ਼ਰੂਰ ਕਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਕਿਉਂਕਿ ਜਿਹੜਾ ਆਨੰਦਪੁਰ ਸਾਹਿਬ ਅਸੀਂ ਸੁਣੀਦਾ ਨਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜਦੋਂ ਮਹਾਰਾਜ ਸੀ, ਕਹਿੰਦੇ ਸਾਡੀਆਂ ਅੱਖਾਂ ਭਰ ਜਾਂਦੀਆਂ। ਅਤੇ ਉਹ ਇੱਦਾਂ ਵਾ ਕਿ ਜਿਸ ਤਰ੍ਹਾਂ ਮਹਾਰਾਜ ਨੇ ਇੱਕ ਵਾਰੀ ਦੂਰੋਂ ਖਿੱਚ ਕੇ ਨਾ ਨੇੜੇ ਲੈ ਆਏ। ਉਹ ਇੱਕ ਇੱਕ ਭਾਵਨਾ ਹਰ ਇੱਕ ਦੀ ਵੱਖਰੀ ਵੱਖਰੀ ਆ। ਜਦੋਂ ਉਹ ਚੀਜ਼ ਨੂੰ ਪੰਥ ਦੇ ਵਿੱਚ ਵੇਖਦੇ ਹਾਂ, ਅਸੀਂ ਵੀ ਇੱਥੇ ਆਉਂਦੇ ਹਾਂ, ਹੈ ਨਾ, ਅਸੀਂ ਤਾਂ ਚਲੋ ਖਾਸ ਕਰਕੇ ਹੀ ਸੋਚਦੇ ਇੱਡੀ ਕੀ ਗੱਲ ਹੋ ਗਈ ਪੱਗਾਂ ਦੇ ਵਿੱਚ। ਜਦੋਂ ਅਸੀਂ ਆਏ ਨਾ, ਸਾਡੇ ਸਕੂਲ ਦੇ ਵਿੱਚ ਪੱਗ ਬੰਨਣਾ ਕੰਪਲਸਰੀ ਸੀ। ਜਦੋਂ ਇੱਥੇ ਆਏ ਤਾਂ ਇੱਥੇ ਬੜੇ ਪ੍ਰੇਮ ਪਿਆਰ ਸਿੰਘਾਂ ਨੇ ਕਿਹਾ ਕਿ ਲੈ ਤੁਸੀਂ ਦਸਤਾਰ ਸਜਾ ਲੈਂਦੇ ਜੇ, ਹੈ ਨਾ, ਬੜੀ ਵਧੀਆ ਗੱਲ ਆ ਛੋਟੀ ਉਮਰ ਦੇ ਵਿੱਚ। ਅਸੀਂ ਕਿਹਾ ਕਿ ਇਹਦੇ 'ਚ ਕਿਹੜਾ ਕੋਈ ਵੱਡੀ ਗੱਲ ਆ, ਹੈ ਨਾ, ਇਹ ਤਾਂ ਨੋਰਮਲ ਹੀ ਆ। ਉੱਪਰ ਜਦੋਂ ਪਤਾ ਲੱਗਾ ਕਿ ਜਿਹਨੂੰ ਭੁੱਖ ਵਾ ਤਰਾਸ ਦੀ ਉਹਨੂੰ ਹੀ ਆ। ਅਤੇ ਜਦੋਂ ਆਪਾਂ ਪੰਥ ਦੇ ਵਿੱਚ ਵਿਚਰਦੇ ਹਾਂ, ਆਈ ਥਿੰਕ ਪਿਆਸ ਅੰਮ੍ਰਿਤ ਸਹੀ ਖਾਏ। ਮਹਾਰਾਜ ਕਿਰਪਾ ਇਹ ਆ ਕਿ, ਹੈ ਨਾ, ਕਿ ਜਦੋਂ ਗੁਰਮੁਖਾਂ ਗੁਰੂ ਪਿਆਰੇ ਨੇ ਦਰਸ਼ਨ ਕਰਦੇ ਹਾਂ, ਆਈ ਫੀਲ ਪਰਸਨਲੀ ਆਈ ਫੀਲ ਜਦੋਂ ਆਪ ਜੀ ਨਾਲ ਗੱਲ ਕਰਦੇ ਹਾਂ, ਹੈ ਨਾ, ਇੱਕ ਵਾਈਬ ਆ, ਇੱਕ ਕਰਮ ਨੇ ਜਿਹੜੇ
ਅਸੀਂ ਇਹ ਜਨਮ ਦੇ ਇਹ ਸਿੱਖੀ ਪਹਿਲੇ ਜਨਮ 'ਚ ਮਿਲ ਹੀ ਨਹੀਂ ਸਕਦੀ ਨਾ ਇਹ ਬਹੁਤ ਵੱਡੀ ਦਾਤ ਆ ਬਹੁਤ ਵੱਡੀ ਦਾਤ ਤੇ ਮਹਾਰਾਜ ਨੇ ਜਿਸ ਤਰ੍ਹਾਂ ਤਰਸ ਕਰਕੇ ਹਨਾ ਉਹ ਚੀਜ਼ 'ਚ ਪਾਇਆ ਆਈ ਫੀਲ ਲਾਈਕ ਵੈਨ ਵੀ ਟਾਕ ਟੂ ਦੀ ਪੰਥ ਹਨਾ ਵਟ ਆਈ ਹੈਵ ਫੀਲ ਕਿ ਅਸੀਂ ਮੈਂ ਜਦੋਂ ਇੰਡੀਆ ਤੋਂ ਆਇਆ ਸੀ ਮੇਰੇ ਇੱਕ ਡਿਫਰੈਂਟ ਪਰਸਪੈਕਟਿਵ ਸੀ ਹਨਾ ਜਦੋਂ ਇੱਥੇ ਹੌਲੀ ਹੌਲੀ ਵਿਚਰਨਾ ਸ਼ੁਰੂ ਹੋਏ ਮਹਾਰਾਜ ਨੇ ਕਿਰਪਾ ਕੀਤੀ ਕਦੀ ਮਹਾਰਾਜ ਨੇ ਤੋੜ ਵੀ ਲੈਣਾ ਇੱਕ ਗੱਲ ਮੈਨੂੰ ਯਾਦ ਆਈ ਆ ਸੋ ਆਈ ਵਾਜ਼ਨਟ ਯੂਜ਼ ਟੂ ਵੇਅਰ ਬਾਣਾ ਅਤੇ ਨਾ ਕੋਈ ਗੱਲ ਇੱਦਾਂ ਦੀ ਮੈਂ ਆਪਣੇ ਪਿਤਾ ਜੀ ਨੂੰ ਜਾ ਕੇ ਕਿਹਾ ਮੈਂ ਕਿਹਾ ਕਿ ਤੁਸੀਂ ਕਹਿੰਦੇ ਆ ਬਾਣਿਆਂ ਵਾਲੇ ਸਿੰਘ ਬੜੀ ਚੜ੍ਹਦੀ ਕਲਾ ਵਾਲੇ ਹੁੰਦੇ ਆ ਹਨਾ ਮੈਂ ਕਿਹਾ ਮੈਂ ਤਾਂ ਇਹਨਾਂ ਨੂੰ ਇਹ ਕਰਦੇ ਦੇਖਿਆ ਮੈਂ ਬੱਚੇ ਵਾਂਗੂ ਮੈਨੂੰ ਇਹ ਲੱਗਦਾ ਕਿ ਗੁਰੂ ਪਾਤਸ਼ਾਹ ਨਾਲ ਵੀ ਬੱਚੇ ਬਣ ਕੇ ਰਹਿਣਾ ਚਾਹੀਦਾ ਜਦੋਂ ਸੂਝਵਾਨ ਹੋ ਜਾਂਦੇ ਆ ਨਾ ਫਿਰ ਮਹਾਰਾਜ ਗਿਆਨੀ ਬਲਬੀਰ ਸਿੰਘ ਜੀ ਕਹਿੰਦੇ ਹੁੰਦੇ ਮੈਂ ਕਿਹਾ ਗਿਆਨੀ ਬਲਬੀਰ ਸਿੰਘ ਜੀ ਸਾਰੇ ਕਹਿੰਦੇ ਨੇ ਪੁਰਾਤਨ ਸਿੰਘਾਂ ਵਰਗੇ ਬਣੋ ਪੁਰਾਤਨ ਸਿੰਘਾਂ ਵਰਗੇ ਬਣੋ ਪੁਰਾਤਨ ਸਿੰਘਾਂ 'ਚ ਇਸ ਤਰ੍ਹਾਂ ਦੀ ਕੀ ਖਾਸੀਅਤ ਸੀ ਅਤੇ ਮੈਨੂੰ ਕਹਿੰਦੇ ਇੰਦਰਪਾਲ ਸਿੰਘ ਕਹਿੰਦੇ ਜਿਹੜੇ ਪੁਰਾਤਨ ਸਿੰਘ ਸੀ ਨਾ ਉਹ ਗੁਰੂ ਮਹਾਰਾਜ ਦੀ ਸੋਚ ਨੂੰ ਅੱਗੇ ਲਾ ਕੇ ਤੁਰਦੇ ਸੀ ਜਿਹੜੇ ਅੱਜ ਕੱਲ੍ਹ ਦੇ ਸਿੰਘ ਆ ਨਾ ਉਹ ਆਪਣੀ ਮੱਤ ਨੂੰ ਅੱਗੇ ਲਾ ਕੇ ਤੁਰਦੇ ਕਹਿੰਦੇ ਇਹ ਫਰਕ ਸੀ ਕਹਿੰਦੇ ਗੁਰੂ ਨੂੰ ਹਮੇਸ਼ਾ ਅੱਗੇ ਆਪਣੇ ਆਪ ਨੂੰ ਪਿੱਛੇ ਕਿ ਮਹਾਰਾਜ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਅਤੇ ਮਹਾਰਾਜ ਆਪ ਜੀ ਹੀ ਉਹ ਜੋ ਕਰਾ ਰਹੇ ਹੋ ਹੈ ਨਾ ਉਹਦੇ ਵਿੱਚ ਇੱਦਾਂ ਮੈਨੂੰ ਪਤਾ ਹੀ ਨਹੀਂ ਨਾ ਬਾਂਹ ਫੜਿਆ ਅਤੇ ਮੈਨੂੰ ਕਹਿੰਦੇ ਇੱਧਰ ਆ ਫੋਟੋ ਸੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਹਾਰਾਜ ਕਿਰਪਾ ਮੈਨੂੰ ਬਾਂਹ ਫੜ ਕੇ ਕਹਿੰਦੇ ਕਹਿੰਦੇ ਇਹ ਕੌਣ ਆ ਮੈਂ ਕਿਹਾ ਜੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕੀ ਲੱਗਦੇ ਆ ਮੈਂ ਕਿਹਾ ਪਿਤਾ ਕਹਿੰਦੇ ਜੇਕਰ ਇੰਨਾ ਇੰਨੇ ਬਾਣਾ ਪਾ ਕੇ ਕੁਝ ਨਹੀਂ ਨਾ ਉਹੋ ਜਿਹਾ ਕੀਤਾ ਫਿਰ ਬਾਕੀਆਂ ਵੱਲ ਵੇਖਣ ਦੀ ਲੋੜ ਨਹੀਂ ਕਿਉਂਕਿ ਰੋਲ ਮਾਡਲ ਤੁਹਾਡੇ ਉਹੀ ਨੇ ਮਹਾਰਾਜ ਉਹੋ ਜਿਹੇ ਪਿਆਰੇ ਮਿਲਾਉਣਗੇ ਜਿਹਨੇ ਮਹਾਰਾਜ ਪਾਉਣ ਦੇਣੇ ਕਿ ਤੁਹਾਡੀ ਭੁੱਖ ਕੀ ਆ ਤੁਹਾਡੀ ਤਰਾਸ ਦੀ ਕੀ ਆ ਤੁਸੀਂ ਤਰਸਣ ਕੀ ਦੇ ਜੇ ਆਪ ਜੀ ਨਾਲ ਵੀ ਅੱਜ ਗੱਲ ਕੀਤੀ ਆ ਹੈ ਨਾ ਮਹਾਰਾਜ ਨੂੰ ਇਹ ਲੱਗਣ ਦਿਆ ਕਿ ਸਮਾਂ ਬਹੁਤ ਘੱਟ ਹੀ ਅਤੇ ਗੱਲਾਂ ਬਹੁਤ ਜ਼ਿਆਦੀਆਂ ਇਹ ਅਸੀਂ ਬੈਠੇ ਰਹੀਏ ਹੈ ਨਾ ਮੈਨੂੰ ਸੰਤ ਗਿਆਨੀ ਠਾਕੁਰ ਸਿੰਘ ਜੀ ਦੇ ਮਹਾਰਾਜ ਦੇ ਬਚਨ ਚੇਤਾ ਹੁੰਦੇ ਆ ਕਈ ਵਾਰੀ ਹੈ ਨਾ ਜਦੋਂ ਸਿੰਘਾਂ ਨੇ ਜਾਣਾ ਅਤੇ ਆਪ ਜੀ ਨੇ ਇੱਕੋ ਚੌਂਕੜੇ ਦੇ ਵਿੱਚ ਸਾਰੇ ਖੰਡ ਕਿਰਨੀ ਜਥੇ ਦਾ ਸਮਾਗਮ ਸੁਣੀ ਜਾਣਾ ਹੈ ਨਾ ਉਹਦੇ ਵਿੱਚ ਵੀ ਇੱਕ ਮੌਜ ਇੱਕ ਪਹਿਰਾ ਐਡਾ ਤਕੜਾ ਹੈ ਨਾ ਮਹਾਰਾਜ ਦੀ ਕਿਰਪਾ ਨਾਲ ਜਿਸ ਆਪ ਜੀ ਨੇ ਸੰਤ ਗੁਰੂ ਬਚਨ ਸਿੰਘ ਖਾਲਸਾ ਪਿੰਡ ਵਾਲੇ ਆਪ ਜੀ ਜਾਣੋ ਦਰਸ਼ਨ ਨਹੀਂ ਕੀਤੇ ਪਰ ਮਹਾਰਾਜ ਦੇ ਪਿਆਰਿਆਂ ਦੀ ਗੱਲ 'ਚ ਇੰਨੀ ਕੁ ਤਾਕਤ ਆ ਕਿ ਉਹਨਾਂ ਦੀ ਗੱਲ ਕਰਦੇ ਤੁਹਾਨੂੰ ਦਰਸ਼ਨ ਹੋ ਜਾਂਦੇ ਇਹ ਸਾਡੀ ਤਾਕਤ ਨਹੀਂ ਆ ਇਹ ਉਹਨਾਂ ਦੇ ਬਚਨਾਂ 'ਚ ਇੰਨੀ ਤਾਕਤ ਆ ਉਹਨਾਂ ਦੀ ਰੂਹਾਨੀਅਤ ਐਡੀ ਤਕੜੀ ਸੀ ਕਿ ਉਹਨਾਂ ਦਾ ਗੱਲ ਕਰਦੇ ਇਸ ਸਰੀਰ ਦੇ ਵਿੱਚ ਇੱਦਾਂ ਚੜ੍ਹਦੀ ਕਲਾਉਂਦੀ ਆ ਕਿ ਮਹਾਰਾਜ ਧੰਨ ਗੁਰੂ ਪਿਆਰੇ ਕਿ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਆ ਅਤੇ ਅੱਜ ਜਿਹੜਾ ਸਮਾਂ ਹੈ ਨਾ ਆਪ ਜੀ ਨੇ ਵੀ ਦਿੱਤਾ ਆਪ ਜੀ ਨੇ ਗੱਲਬਾਤ ਕੀਤੀ ਮਹਾਰਾਜ ਦੀ ਬੜੀ ਕਿਰਪਾ ਅਤੇ ਇਹੀ ਆ ਕਿ ਗਾਂ ਜਿਹੜਾ ਪੰਥੇ ਸੁਣੂਗਾ ਜਾਂ ਫੌਜਾਂ ਇੱਥੋਂ ਦੀਆਂ ਸੁਣਦੀਆਂ ਵਾ ਸਾਡਾ ਮੇਨ ਮੈਸੇਜ ਇਹੀ ਹੈ ਕਿ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਪੰਥ ਦੀਆਂ ਬਾਹਾਂ ਏਡੀਆਂ ਕੁ ਵੱਡੀਆਂ ਕਰੋ ਕਿ ਸਾਰਿਆਂ ਨੂੰ ਹੀ ਗੱਲ ਵਕੜੀ ਚੱਲੇ ਮੈਨੂੰ ਇੱਕ ਵਾਰੀ ਗੱਲ ਚੇਤਾ ਉੱਥੇ ਅਸੀਂ ਅਕਾਲ ਤਖਤ ਸਾਹਿਬ ਗਏ ਅਤੇ ਨਾ ਮੈਂ ਸ਼ਸਤਰ ਪਾਇਆ ਸੀ ਖੰਡਾ ਸੋ ਸਾਡੇ ਘਰ ਵੀ ਪਹਿਲੇ ਥੋੜ੍ਹੇ ਜਿਹੇ ਮਸਤਾਨੇ ਸੀ ਕਿ ਨਹੀਂ ਇੱਦਾਂ ਨਹੀਂ ਕਰਨਾ ਕੀ ਲੋੜ ਆ ਇੱਦਾਂ ਕਰਕੇ ਮੈਂ ਕਿਹਾ ਨਹੀਂ ਮੈਂ ਗੁਰੂ ਪਾਤਸ਼ਾਹ ਨੂੰ ਮਿਲਣ ਜਾਣਾ ਮੇਰੇ ਪੱਲੇ ਕੱਖ ਨਹੀਂ ਆ ਉਹਦੇ ਨਾਲ ਕਿ ਮੈਨੂੰ ਚੇਤਾ ਆਉਂਦਾ ਵਾ ਕਿ ਭਾਈ ਸੁੱਖਾ ਸਿੰਘ ਜੀ UK ਵਾਲੇ ਉਹ ਸਮਝਦੇ ਕਿ ਚਾਦਰ ਮੈਲੀ ਸਾਬਣ ਥੋੜਾ ਜਦ ਦੇਖਾਂ ਤਦ ਰੋਵਾਂ ਇੰਨੇ ਦਾਗ ਲੱਗੇ ਮੇਰੀ ਚਾਦਰ 'ਤੇ ਮੈਂ ਕਿਹੜਾ ਕਿਹੜਾ ਧੋਵਾਂ ਉਹਨਾਂ ਨੇ ਕਿਹਾ ਸੀ ਕਿ ਆਪ ਦਾ ਜੇਕਰ ਨਾਮ ਨਹੀਂ ਹੈ ਨਾ ਤਾਂ ਜਿਨ੍ਹਾਂ ਦੇ ਆ ਨਾ ਉਹਨਾਂ ਕੋਲ ਬਹਿ ਜਾਓ ਬਸ ਉਹਨਾਂ ਦੀ ਸੰਗਤ ਕਰ ਲਓ ਅਤੇ ਮੇਰੇ ਮਨ ਦੇ ਵਿੱਚ ਇਹੀ ਮੈਂ ਕਿਹਾ ਗੁਰੂ ਪਾਤਸ਼ਾਹ ਨੇ ਕਿਹਾ ਕੀ ਆ ਕਹਿੰਦੇ ਗੁਰੂ ਪਾਤਸ਼ਾਹ ਨੇ ਕਿਹਾ ਜਿਹੜਾ ਸ਼ਸਤਰਧਾਰੀ ਸਿੰਘ ਨਾ ਅਤੇ ਜਿੰਨੇ ਸ਼ਸਤਰ ਆਪਣੇ ਕਮਰ ਕੱਸੇ 'ਚ ਲੈ ਕਹਿੰਦਾ ਮੈਂ ਉਨੀਆਂ ਖੁਸ਼ੀਆਂ ਦਿੰਦਾ ਮੈਂ ਕਿਹਾ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਚੱਲਾਂ ਮਹਾਰਾਜ ਮੇਰੇ ਵੱਲ ਵੇਖਿਓ ਤੁਸੀਂ ਮੈਂ ਸ਼ਸਤਰ ਪਾ ਕੇ ਆਇਆ ਵਾਂ ਮਹਾਰਾਜ ਜੀਓ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ ਮੈਨੂੰ ਨਾ ਕਈ ਵਾਰੀ ਲੱਗਦਾ ਹੁੰਦਾ ਮੈਂ ਕਿਹਾ ਮਹਾਰਾਜ ਜੋ ਤੁਸੀਂ ਮੈਨੂੰ ਪਿਆਰ ਕਰਦੇ ਆ ਇਹ ਤੁਸੀਂ ਸਾਰਿਆਂ ਨਾਲ ਕਰਦੇ ਆ ਨਾ ਕਿਉਂਕਿ ਮੈਂ ਵੀ ਉਹਨਾਂ ਨਾਲ ਉਨਾ ਹੀ ਕਰਦਾ ਵਾਂ ਅਤੇ ਉਹਦੇ ਮਨ ਦੇ ਵਿੱਚ ਭਾਵਨਾ ਇੱਦਾਂ ਹੀ ਮੈਂ ਮਹਾਰਾਜ ਨਮਸਤਕ ਹੋਣ ਚੱਲਾਂ ਭਾਵਨਾ ਇੱਦਾਂ ਹੀ ਕਿ ਮਹਾਰਾਜ ਮੇਰੇ ਵੱਲ ਵੇਖਿਓ ਜਿਹੜੇ ਮਹਾਰਾਜ ਦੇ ਤਾਬਿਆਂ 'ਤੇ ਸਿੰਘ ਬੈਠੇ ਨੇ ਹੈੱਡ ਗ੍ਰੰਥੀ ਸਾਹਿਬਾਨ ਉਹਨਾਂ ਦੇ ਪਿੱਛੇ ਬਰਛੇ ਵਾਲੇ ਸਿੰਘ ਸੀ ਉਹਨਾਂ ਨੇ ਮੇਰੇ ਵੱਲ ਦੇਖਿਆ ਉਹਨਾਂ ਨੇ ਤੱਕਿਆ ਮੈਂ ਪਿੱਛਿਓਂ ਦੀ ਗਿਆ ਮੈਂ ਮੱਥਾ ਟੇਕਿਆ ਅਤੇ ਮਨ ਦੇ ਵਿੱਚ ਚਾਓ ਕੀ ਸੀ ਕਿ ਮਹਾਰਾਜ ਬਾਹਰੋਂ ਆਏ ਹਾਂ ਹੈ ਉੱਥੋਂ ਦੀ ਆ ਮਹਾਰਾਜ ਬੜਾ ਪੈਂਡਾ ਤੈਅ ਕਰਕੇ ਆਏ ਹਾਂ ਹੈ ਨਾ ਮਹਾਰਾਜ ਕੋਈ ਵਸਤੂ ਦਿਓ ਕੋਈ ਚੀਜ਼ ਦਿਓ ਮੈਂ ਲੈ ਕੇ ਜਾਣੀ ਆ ਘਰੇ ਮਹਾਰਾਜ ਕੋਲੋਂ ਮੰਗਦੇ ਹਾਂ ਨਾ ਆਪਾਂ ਜਾ ਕੇ ਮਹਾਰਾਜ ਕੋਈ ਆਪਣੀ ਚੀਜ਼ ਦਿਓ ਇੱਦਾਂ ਮੈਂ ਆਪ ਜੀ ਕਹਾਂ ਅਤੇ ਮੈਂ ਕਹਿੰਦਾ ਮੇਰਾ ਤੁਹਾਡੇ ਨਾਲ ਬਹੁਤ ਪਿਆਰ ਮੈਨੂੰ ਸ਼ਸਤਰ ਦਿਓ ਤੁਸੀਂ ਆਪਣਾ ਕੋਈ ਕੋਈ ਵੀ ਚੀਜ਼ ਆ ਮੇਰੇ ਮਨ 'ਤੇ ਆਇਆ ਮੈਂ ਕਿਹਾ ਮਹਾਰਾਜ ਆਪ ਜੀ ਕਿਰਪਾ ਕਰੋ ਕੋਈ ਚੀਜ਼ ਦਿਓ ਮੈਨੂੰ ਉਹ ਬਰਸੇ ਵਾਲੇ ਸਿੰਘ ਨੇ ਨਾ ਮੈਨੂੰ ਆਵਾਜ਼ ਮਾਰ ਲਈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮਹਾਰਾਜ ਬੜੀ ਖੁਸ਼ੀ ਹੋਈ ਆਪ ਜੀ ਆਏ ਮੈਂ ਕਿਹਾ ਮਹਾਰਾਜ ਆਪ ਜੀ ਨੇ ਬੁਲਾਇਆ ਆਪ ਜੀ ਆਪੇ ਲੈ ਕੇ ਆਏ ਕਹਿੰਦੇ ਮੈਂ ਨਾ ਆਪ ਜੀ ਵੱਲ ਵੇਖਣ ਦਾ ਸੀ ਅਤੇ ਮੈਂ ਆਪਦੇ ਨਮਸਤਕ ਵੱਲ ਵੇਖਣ ਦੇ ਮੈਂ ਕਿਹਾ ਇੱਦਾਂ ਦੇ ਭਾਗ ਵਾਲੇ ਸਿੰਘ ਬੜੇ ਘੱਟ ਮਿਲਦੇ ਆ
ਮੈਂ ਕਿਹਾ ਮਹਾਰਾਜ ਮੇਰੇ ਭਾਗ ਨਹੀਂ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਅਤੇ ਉਹ ਤੁਸੀਂ ਦੇਖ ਰਹੇ, ਮੈਨੂੰ ਨਹੀਂ ਦੇਖ ਰਹੇ, ਇਹ ਆਪ ਜੀ ਦੀ ਕਿਰਪਾ ਹੈਗੀ, ਆਪ ਜੀ ਦ੍ਰਿਸ਼ਟੀ ਇੱਦਾਂ ਦੀ ਆ। ਕਹਿੰਦੇ ਅੱਛਾ, ਅਤੇ ਗੱਲ ਕਰਦੇ ਕਰਦੇ ਕਹਿੰਦੇ ਤੁਸੀਂ ਨਾ ਇੱਦਾਂ ਕਰੋ, ਨੰਬਰ ਲੈ ਲਓ ਮੇਰਾ। ਮੈਂ 7 ਵਜੇ ਮੈਂ ਨੰਬਰ ਲੈ ਲਿਆ ਉਹਨਾਂ ਦਾ। ਬਾਅਦ 'ਚ ਨਾ ਮਨ ਕਿੱਦਾਂ ਚਾਓ ਆਉਂਦਾ ਕਿ ਹਾਏ ਗੁਰੂ ਨੇ ਮੇਰੀ ਗੱਲ ਸੁਣੀ ਹੈ, ਹੈਨਾ, ਮਹਾਰਾਜ ਮੇਰੀ ਗੱਲ ਸੁਣ ਲਈ। ਅਤੇ ਨਾ ਉਹਨਾਂ ਨੇ ਕੀ ਕੀਤਾ, ਮੇਰੇ ਮਨ 'ਚ ਆਇਆ ਕਿ ਮਹਾਰਾਜ ਕੋਈ ਫੁੱਲ ਹੀ ਦੇ ਦਿਉ ਆਪਣਾ, ਜਿਹੜੇ ਸਜਾਏ ਹੁੰਦੇ ਆ, ਹੈਨਾ। ਅਤੇ ਮੰਨਣਾ ਨਹੀਂ ਆ, ਇੱਕ ਫੁੱਲ ਉਹ ਜਿਹੜੀ ਗਲਵੱਕੜੀ ਉਹਨਾਂ ਨੇ ਇੱਕ ਗੱਠੜੀ ਬੰਨੀ ਫੁੱਲਾਂ ਦੀ, ਅਤੇ ਮੇਰੇ ਮਨ 'ਚ ਇੰਨੀ ਭਾਵਨਾ ਆਈ ਅਤੇ ਉਹਨਾਂ ਨੇ ਗੱਠੜੀ ਚੱਕ ਕਹਿੰਦੇ ਆ ਪਾਈ ਇੱਥੇ ਰੱਖ ਦਿਉ। ਹੁਣ ਉਹ ਤਾਂ ਗੱਲ ਹੋ ਗਈ, ਮੈਂ ਕਿਹਾ ਮਹਾਰਾਜ ਕੋਈ ਵਸਤੂ ਮਿਲ ਜੂਗੀ? ਕਹਿੰਦੇ ਰੁਕੋ, ਉਹਨਾਂ ਨੇ ਨਾ ਵਰਮਾਲਾ ਕੱਢ ਕੇ ਮੈਨੂੰ ਦੇ ਦਿੱਤੀ। ਹੁਣ ਮਨ ਦਾ ਚਾਓ ਵੇਖਿਓ, ਵਰਮਾਲਾ ਹੀ ਲਾਲ ਰੰਗਾਂ ਦੀ, ਮੈਂ ਕਿਹਾ ਚਿੱਟੀ ਮਿਲ ਜਾਂਦੀ। ਹੁਣ ਮਨ ਦੇ ਵਿੱਚ ਉਹ ਆ ਗਿਆ, ਉਹ ਕਰਨ ਲੱਗੇ, ਮੈਂ ਕਿਹਾ ਮਹਾਰਾਜ ਅੱਜ ਇੱਕ ਚਿੱਟੀ ਮਿਲ ਜਾਂਦੀ? ਕਹਿੰਦੇ ਇਹ ਕਿਹੜੀ ਗੱਲ ਕਰਦੀ ਤੁਸੀਂ? ਕਹਿੰਦੇ ਪਾਈ ਆ ਵੀ ਦੇ ਦਿਓ, ਉਹਨਾਂ ਨੇ ਦੇ ਦਿੱਤੀ, ਹੈ ਨਾ। ਉਹ ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁ ਮੈਨੂੰ ਲੱਗਦਾ ਕਿ ਹਾਂ, ਅਸੀਂ ਜ਼ਰੂਰ ਤਰਨ ਤਾਰਨ ਸਾਹਿਬ ਦੇ ਵਿੱਚ ਜੰਮੇ ਹਾਂ, ਆਪ ਜੀ ਨੇ ਜਿਵੇਂ ਗੱਲ ਕੀਤੀ, ਪਰ ਜਿਹੜੀ ਪ੍ਰੇਮ ਦੀ ਘੜੀ ਆ ਨਾ, ਇਹ ਮੇਰਾ ਗੁਰੂ ਨਾਨਕ ਦੇਵ ਪਾਤਸ਼ਾਹੀ ਜਾਣਦਾ ਉਹਨੇ ਕਿੱਥੇ ਰੱਖ ਕੇ ਉਹਨੂੰ ਕਿਹੋ ਜਿਹੀ ਚੀਜ਼ ਦੇਣੀ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਪਿਤਾ ਨਹੀਂ ਕਹਿੰਦਾ ਆਪਣੇ ਪੁੱਤਰ ਨੂੰ ਚੱਲ ਤੂੰ ਘਰੋਂ ਨਿਕਲ ਜਾ, ਉਹਨੂੰ ਪਤਾ ਵਾ ਕਿ ਇਹਨੂੰ ਮੈਂ ਘਰੋਂ ਕੱਢੂੰਗਾ ਤੇ ਇਹਨੂੰ ਰਹਿਣ ਸਹਿਣ ਆਉਣਾ ਵਾ, ਤੈਨੂੰ ਤੈਨੂੰ ਨਹੀਂ ਪਤਾ ਲੱਗਣਾ, ਹੈ ਨਾ। ਉੱਦਾਂ ਹੀ ਮਹਾਰਾਜ ਮਿਲਦਾ ਇੱਦਾਂ ਡਿਊਟੀਆਂ ਲਾਈਆਂ ਕਿ ਮਹਾਰਾਜ ਨੇ ਹਰ ਇੱਕ ਆਪਣੀ ਜਿਹੜੀ ਇੱਕ ਬਗੀਚਾ ਨਾ ਐਡਾ ਕੁ ਵਿਸ਼ਾਲ ਮਹਾਰਾਜ ਨੇ, ਮੈਨੂੰ ਲੱਗਦਾ ਕਿ ਇਹ ਬ੍ਰਹਿਮੰਡ ਦੇ ਮਾਲਕ ਨੇ, ਅਸੀਂ ਬਹੁਤ ਬ੍ਰਹਿਮੰਡਾਂ ਦੇ ਮਾਲਕ, ਕਿ ਮਹਾਰਾਜ ਨੇ ਕਿਤੇ ਕਿਤੇ ਜਿੱਥੇ ਜਿੱਥੇ ਡਿਊਟੀਆਂ ਲਾਈਆਂ, ਮਹਾਰਾਜ ਕਹਿੰਦਾ ਚਲੋ ਭਾਈ ਤੂੰ ਉੱਥੇ ਲਾ, ਤੂੰ ਇੱਥੇ ਕੰਮ ਕਰ, ਤੂੰ ਆਪਣਾ, ਹੁਣ ਆਪ ਜੀ ਇੰਨੇ ਸਮੇਂ ਬਾਅਦ ਇੱਥੇ ਵੀ ਆਏ ਜੇ, ਹੈ ਨਾ। ਇਹ ਮਹਾਰਾਜ ਜਾਣਦੇ ਆ ਕਿ ਸ਼ਾਇਦ ਆਪਾਂ ਮਿਲਦੇ ਹੀ ਨਾ, ਇਹ ਮਹਾਰਾਜ ਹੀ ਜਾਣਦੇ ਆ ਮਹਾਰਾਜ ਕਿੱਥੇ ਹੋਣਾ। ਹੁਣ ਇਹ ਸਾਰੀ ਜਿਹੜੀ ਗੱਲ ਕੀਤੀ ਆ, ਇਹ ਕਿਉਂ ਟੇਕੀ ਹੋਈ ਆ? ਕਿਉਂਕਿ ਇਹਦੇ ਵਿੱਚ ਗੁਰੂ ਆ, ਇਹ ਗੱਲ ਹੀ ਗੁਰੂ ਦੀ ਹੀ। ਜੇਕਰ ਮੈਂ ਆਪ ਜੀ ਨੂੰ ਆਪਣੇ ਬਾਰੇ ਦੱਸਦਾ ਜਾਂ ਤੁਸੀਂ ਆਪਣੇ ਬਾਰੇ ਦੱਸਦੇ, ਇਹ ਗੱਲ ਨਹੀਂ, ਸਾਡੀ ਕੋਈ ਸਮਝ ਹੀ ਨਹੀਂ, ਗੱਲ ਨਹੀਂ। ਇਹ ਸਿਰਫ ਇੱਕ ਗੁਰੂ ਆ ਜਿਹੜਾ ਸਾਡੇ ਸਾਰੇ ਪੰਥ ਦਾ ਵਿੱਚ ਹੋਊਗਾ। ਜਿਵੇਂ ਇੱਕ ਮਾਲਾ ਨਹੀਂ ਹੁੰਦੀ, ਹਾਂਜੀ, ਵੱਖਰੇ ਵੱਖਰੇ ਮਣਕੇ ਹੁੰਦੇ ਆ, ਪਰ ਸੂਤਰ ਸਾਰੇ ਵਿੱਚ ਉਹੀ ਪਰੋਇਆ ਹੁੰਦਾ। ਇੱਦਾਂ ਬਾਹਰੋਂ ਦੇਖਦੇ ਵੱਖਰੇ ਵੱਖਰੇ ਆ, ਪਰ ਵਿੱਚ ਵਰਤਦਾ ਉਹੀ ਆ, ਸਾਰਿਆਂ ਨੂੰ ਜੋੜ ਕੇ ਉਹੀ ਰੱਖਦਾ। ਇਹੀ ਪਰਮੇਸ਼ਵਰ ਦਾ ਨਾਮ ਆ, ਪਰਮੇਸ਼ਵਰ ਦੇ ਨਾਮ ਹਿਰਦੇ ਵਿੱਚ ਘੱਟ ਘੱਟ ਮੈਂ ਹਰ ਜੂ ਵਸੈ, ਉਹ ਵਰਤ ਰਿਹਾ ਆ, ਉਹਨੂੰ ਸੁਣਨਾ ਸ਼ੁਰੂ ਕਰੀਏ, ਬਾਕੀ ਸਾਰੀਆਂ ਚੀਜ਼ਾਂ ਇੱਥੇ ਲੱਤ ਜਾਣੀਆਂ। ਇੱਥੇ ਜਿੰਨੀ ਸੇਵਾ ਮਹਾਰਾਜ ਨੇ ਇੱਦਾਂ ਜੋੜ ਕੇ ਰੱਖਣੀ, ਇੱਥੇ ਜੋੜ ਦੇਣੀ, ਜਦੋਂ ਸੁੱਖ ਮੰਡਲ ਵਿੱਚ ਲੈ ਕੇ ਜਾਣਾ ਉੱਥੇ ਮਹਾਰਾਜ ਨੇ ਉੱਥੇ ਕਰ ਦੇਣਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸੇ ਪੰਥ ਜੀ ਦੇ ਚਰਨਾਂ ਨੂੰ ਭਾਵੇ ਸਤਿ।